ਬ੍ਰੇਕ ਤੋਂ ਬਾਅਦ ਇੱਕ ਵਾਰ ਫੇਰ ਸਵਾਗਤ ਆ ਪ੍ਰੋਗਰਾਮ ਹਮਦਰਦ ਮਹਿਫਿਲ ਵਿੱਚ, ਅਤੇ ਜਿੱਥੇ ਤੁਸੀਂ ਅਤੇ ਸਾਡਾ ਸਾਥ ਹੈਗਾ ਅੱਜ ਸਟੂਡੀਓ ਦੇ ਵਿੱਚ ਕਮਲਹੀਰ ਜੀ ਅਤੇ ਮਨਮੋਹਨ ਵਾਰਸ ਜੀ ਨਾਲ, ਅਤੇ ਗੱਲਾਂ ਬਾਤਾਂ ਫਿਰ ਤੋਂ ਸ਼ੁਰੂ ਕਰਦੇ ਹਾਂ ਨਾ ਆਪਾਂ, ਇਕੱਲੀ ਬਹਿ ਕੇ ਸੋਚੀ ਅਤੇ ਛੱਡੀ ਸੀਗੀ ਗੱਲ, ਹੈ ਨਾ? ਅਤੇ ਜਦੋਂ ਤੁਸੀਂ ਜਿੰਨਾ ਚਿਰ ਬ੍ਰੇਕ ਰਹੇ ਉਨਾ ਚਿਰ ਸੋਚਦੇ ਰਹੇ ਤੁਸੀਂ ਜਦੋਂ ਗਾਇਕੀ ਸਟਾਰਟ ਕੀਤੀ ਪ੍ਰੋਫੈਸ਼ਨਲੀ, ਹੈ ਨਾ, ਗਾਉਂਦੇ ਤਾਂ ਤੁਸੀਂ ਛੋਟੇ ਹੁੰਦੇ ਤੋਂ, ਘਰ 'ਚ ਮਾਹੌਲ ਸੀਗਾ ਤੁਸੀਂ ਕਹਿੰਦੇ ਹੋ ਗਾਇਕੀ ਦਾ, ਅਤੇ ਉਦੋਂ ਕਿੰਨਾ ਕੁ ਪ੍ਰੋਫੈਸ਼ਨਲੀ ਜਦੋਂ ਸਟਾਰਟ ਕੀਤਾ ਕਿੰਨਾ ਕੁ ਦਿਮਾਗ 'ਤੇ ਬਰਡਨ ਸੀ ਇਸ ਚੀਜ਼ ਦਾ ਲੈ ਕੇ ਕਿ ਐਡੇ ਵੱਡੇ ਜਿਹੜੇ ਬ੍ਰਦਰ ਨੇ ਉਹ ਇੰਨੇ ਹਿੱਟ ਨੇ, ਸੁਪਰ ਸਟਾਰ ਨੇ ਗਾਇਕੀ ਦੇ ਖੇਤਰ ਦੇ ਵਿੱਚ, ਕਿੰਨਾ ਕੁ ਬੋਝ ਸੀਗਾ ਦਿਮਾਗ 'ਤੇ ਜਦੋਂ ਤੁਸੀਂ ਸ਼ੁਰੂ? ਜੇ ਸੱਚ ਜਾਣੋ ਤਾਂ ਮੈਂ ਕਦੇ ਭਾਅ ਜੀ ਨੂੰ ਸਟਾਰ ਸਮਝਿਆ ਨਹੀਂ, ਮੈਂ ਅੱਜ ਵੀ ਨਹੀਂ ਸਮਝਦਾ, ਕਿਉਂਕਿ ਇਹਨਾਂ ਨੇ ਸਾਡੇ ਨਾਲ ਕਦੇ ਇਸ ਤਰ੍ਹਾਂ ਵਿਵਹਾਰ ਨਹੀਂ ਕੀਤਾ ਜਿਹੜਾ ਮੇਰਾ ਸੁਭਾਅ ਵੀ ਆ, ਜਾਂ ਉਹ ਵੀ ਸੰਗਤਾਰ ਭਾਅ ਜੀ ਨੂੰ ਅਤੇ ਮਨਮੋਹਨ ਭਾਅ ਜੀ ਨੂੰ ਦੇਖ ਕੇ ਮੈਂ ਆਪਣਾ ਅਕਸੇ ਸਮਝਦਾ ਇਹਨਾਂ ਨੂੰ, ਜਿਸ ਤਰ੍ਹਾਂ ਸ਼ੀਸ਼ੇ ਦਾ ਪਰਛਾਵਾਂ ਹੁੰਦਾ, ਉਹ ਤੁਸੀਂ ਆਪਣੇ ਆਪ ਨੂੰ ਅਲੋਪ ਕਰਦੇ ਹੋ ਅਤੇ ਸ਼ੀਸ਼ੇ ਦੇ ਵਿੱਚ ਜਿਹੜਾ ਅਕਸ ਹੁੰਦਾ ਆ ਉਹ ਵੀ ਗਾਇਬ ਹੋ ਜਾਂਦਾ ਆ। ਸੋ ਮੇਰੀ ਜਿਹੜੀ ਹੋਂਦ ਆ ਹਰ ਇੱਕ ਚੀਜ਼ ਉਹ ਇਹਨਾਂ ਦਾ ਪਰਛਾਵਾਂ ਹੀ ਆ। ਸੋ ਇਹਨਾਂ ਨੂੰ ਮੈਂ ਕਦੇ ਸਟਾਰ ਸਮਝਿਆ ਨਹੀਂ, ਨਾ ਇਹਨਾਂ ਨੇ ਇੱਦਾਂ ਕਦੇ, ਜਿੱਦਾਂ ਆਪਾਂ ਪਹਿਲਾਂ ਬੱਚੇ ਹੁੰਦੇ ਖੇਡਦੇ ਸੀ, ਜਦੋਂ ਟੇਪਾਂ ਚੱਲ ਵੀ ਗਈਆਂ, ਮਸ਼ਹੂਰੀ ਵੀ ਹੋ ਗਈ, ਤਾਂ ਵੀ ਅਸੀਂ ਜਿਸ ਵੇਲੇ ਘਰ ਆ ਗਏ ਹਾਂ ਤਾਂ, ਜਾਂ ਸਟੇਜ 'ਤੇ ਵੀ ਜਾਣਾ, ਜਿਸ ਵੇਲੇ ਇਹਨਾਂ ਦਾ ਪਹਿਲਾ ਗੀਤ ਚੱਲਿਆ, ਸਾਰੀ ਦੁਨੀਆ ਦੇ ਟੂਰ 'ਤੇ ਗਏ, ਅਤੇ ਮੈਨੂੰ, ਮੈਂ ਹਲੇ ਆਪਣੇ ਲਾਇਸੈਂਸ ਵੀ ਨਹੀਂ ਲਿਆ ਸੀਗਾ ਕਾਰ ਚਲਾਉਣ ਦਾ, ਅਤੇ ਮੈਨੂੰ ਭਾਅ ਜੀ ਕਹਿੰਦੇ ਕਿ ਤੂੰ ਨਾ ਸਮਰ ਦੀਆਂ ਤੈਨੂੰ ਛੁੱਟੀਆਂ ਆ ਭਾਈ, ਅਸੀਂ ਨਾ ਤੈਨੂੰ ਨਾਲ ਲੈ ਕੇ ਜਾਣਾ ਸਾਰੇ ਟੂਰ 'ਤੇ। ਮੈਂ ਇੰਗਲੈਂਡ ਵੀ ਗਿਆ, ਫਿਰ ਮੈਂ ਮੈਨਹੈਟਨ, ਮੈਂ ਉਸ ਵੇਲੇ ਵੇਖਿਆ ਜਦੋਂ ਮੈਂ ਹਲੇ ਅਡਲਟ ਨਹੀਂ ਹੋਇਆ ਸੀਗਾ, ਅਤੇ ਨਾਲ, ਕਿਉਂਕਿ ਤੁਸੀਂ ਨਾਲ ਘੁੰਮਦੇ ਆ, ਨਾਲ ਲੋਕਾਂ ਨੂੰ ਮਿਲਦੇ ਆ, ਤੁਹਾਨੂੰ ਪਤਾ ਲੱਗਦਾ ਸੋਸ਼ਲਾਈਜ਼ ਕਿੱਦਾਂ ਕਰਨਾ, ਲੋਕਾਂ ਨੂੰ ਕਿੱਦਾਂ ਮਿਲਣਾ। ਸੋ ਜਿਹੜਾ ਪਹਿਲਾਂ ਤੋਂ ਇਹਨਾਂ ਦਾ ਵਿਵਹਾਰ ਰਿਹਾ, ਫਿਰ ਮੈਨੂੰ ਇਹਨਾਂ ਨੇ ਆਪਣੇ ਨਾਲ ਤੋਰ ਲਿਆ, ਨਾਲ ਤੋਰਨ ਤੋਂ ਬਾਅਦ ਮੈਨੂੰ ਬਰਾਬਰ ਲਿਆ ਕੇ ਆਪਣੇ ਖੜ੍ਹਾ ਕਰ ਲਿਆ, ਜਿੱਥੇ ਮੈਂ ਕਿਤੇ ਪਿੱਛੇ ਵੀ ਹੁੰਦਾ ਤਾਂ ਮੈਨੂੰ ਆਪ ਧੱਕਾ ਲਾ ਕੇ ਵੀ ਜਿਸ ਤਰ੍ਹਾਂ ਬਈ ਆਪਣੇ ਬਰਾਬਰ ਕਰਨਾ। ਸੋ ਕਦੇ ਇਸ ਤਰ੍ਹਾਂ ਮੈਨੂੰ ਮਹਿਸੂਸ ਨਹੀਂ ਹੋਇਆ ਕਿ ਮੈਂ ਇਹ ਸਟਾਰ ਨੇ, ਮੇਰੇ ਤੋਂ ਵੱਡੇ ਸਟਾਰ ਨੇ, ਹੈ ਨਾ। ਸੋ ਮੈਂ ਕਦੇ ਨਾ ਇਹ ਮਹਿਸੂਸ ਕੀਤਾ, ਨਾ ਮੈਂ ਇਹ ਕਦੇ ਕਰਨਾ ਚਾਹੁੰਦਾ। ਪਰ ਮੈਂ ਇੱਕ ਗੱਲ ਜ਼ਰੂਰ ਕਹੂੰਗਾ, ਜਿੱਦਣ ਇਹਨਾਂ ਦਾ ਬਰਥਡੇ ਸੀਗਾ, ਮੈਂ ਇੱਕ ਸਭ ਤੋਂ ਆਪਣੀ ਜ਼ਿੰਦਗੀ ਦੀ ਵਧੀਆ ਚੀਜ਼ ਉਹ ਉੱਦਣ ਲਿਖੀ ਮੈਂ, ਅਤੇ ਮੈਂ ਇਹ ਲਿਖਿਆ ਉੱਦਣ, ਮੈਂ ਕਿਹਾ ਵੀ ਜਿਹੜਾ ਤੁਹਾਨੂੰ ਭੈਣ ਭਰਾ ਮਿਲਦੇ ਆ ਉਹ ਕੁਦਰਤੀ ਤੌਰ 'ਤੇ ਮਿਲਦੇ ਆ, ਪਰ ਜੇ ਮੇਰੇ ਅਖਤਿਆਰ 'ਚ ਹੋਵੇ, ਜੇ ਮੇਰੀ ਇਹ ਚੋਇਸ ਹੋਵੇ, ਤਾਂ ਮੈਂ ਹਮੇਸ਼ਾ ਇਹ ਕਹਾਂ ਕਿ ਮਨਮੋਹਨ ਅਤੇ ਸੰਗਤਾਰ ਮੇਰੇ ਭਰਾ ਹੋਣ। ਇੰਨਾ ਮੈਨੂੰ ਪਿਆਰ ਕੀਤਾ ਭਰਾਵਾਂ ਨੇ, ਚੱਕ ਕੇ ਨਾਲ ਖੜਾ ਕਰ ਲਿਆ, ਕਿਉਂਕਿ ਇੱਕ ਆਰਟ ਸਿੱਖਣਾ ਹੋਰ ਚੀਜ਼ ਹੁੰਦਾ, ਜਿਹੜਾ ਮਸ਼ਹੂਰ ਹੋਣਾ ਉਸ ਚੀਜ਼ ਦੇ ਵਿੱਚ ਇੱਕ ਹੌਸਲਾ ਚਾਹੀਦਾ, ਸਭ ਕੁਛ ਦਾਅ 'ਤੇ ਲੱਗ ਜਾਂਦਾ, ਪੈਸਾ ਧੇਲਾ, ਜਿਹੜਾ ਜਿਸ ਵੇਲੇ ਤੁਸੀਂ ਪਹਿਲਾਂ ਵੀਡੀਓ ਬਣਨੇ, ਸੌ ਕੁਛ ਸਾਰਾ, ਸਾਰੀ ਉਮਰ ਦਾ ਖੱਟਿਆ ਦਿੱਤਾ ਢਿੱਡ ਮੈਂ ਬੱਕੀ ਦੇ ਪਾ, ਮਿਰਜ਼ੇ ਨੇ ਕਿਹਾ ਸੀ, ਉਸ ਵੇਲੇ ਸਾਰਾ ਕੁਛ ਕੁੰਜ ਹੋ ਜਾਂਦਾ। ਇੱਕ ਵਾਰੀ ਕਮਲ ਦੀ ਟੇਪ ਕੀਤੀ ਸੀ ਪਹਿਲਾਂ ਕਮਲੀ, ਅਤੇ ਉਹਦੇ ਵਿੱਚ ਜਿੱਦਾਂ ਥੋੜ੍ਹਾ ਜਿਹਾ ਕਲਾਸਿਕਲ ਗਾਏ ਸੀ ਅਤੇ ਹਿੰਦੀ ਗਾਣੇ ਸੀਗੇ, ਉਦੋਂ ਇੱਕ ਬੰਬੇ ਦੀ ਕੰਪਨੀ ਸੀਗੀ, ਉਹਨਾਂ ਨੇ ਜਿੱਦਾਂ ਕਮਲ ਨੂੰ ਕਿਤੇ ਉੱਦਾਂ ਹੀ ਦੇਖਿਆ ਸਟੇਜ 'ਤੇ, ਅਤੇ ਉਹਨਾਂ ਨੇ ਸਾਈਨ ਕਰ ਲਿਆ। ਉਹ ਬਹੁਤ ਵੱਡੀ ਕੰਪਨੀ ਸੀਗੀ, ਪਰ ਉਹ ਮੁੜ ਕੇ ਉਹ ਬੈਂਕਰਪਟ ਜਿਹੀ ਹੋ ਗਈ, ਉਹ ਬੰਦਾ ਜਿੱਦਾਂ ਘੋੜਿਆਂ ਦੀ ਬੈਟ ਲਾਈ ਗਿਆ ਜਾ ਕੇ ਡਵਈ, ਹੈ ਨਾ, ਅਤੇ ਉਹਨੂੰ ਪ੍ਰਮੋਟ ਕੀਤਾ ਨਹੀਂ ਇਹਨੂੰ, ਹੈ ਨਾ, ਅਤੇ ਇਹਦੀ ਟੇਪ ਉਹ ਚੱਲੀ ਨਹੀਂ, ਅਤੇ ਕਮਲ ਕਹਿੰਦਾ ਹੁੰਦਾ ਮੇਰੀ ਫੇਲ ਹੋ ਗਈ ਟੇਪ, ਹੈ ਨਾ, ਕਿਸੇ ਨੇ ਪੁੱਛਿਆ ਨਹੀਂ ਮੈਨੂੰ ਉਦੋਂ ਕਮਲੀ ਟੇਪ। ਅਤੇ ਉਹ ਤੋਂ ਬਾਅਦ ਇਹਨੂੰ ਕਮਲ ਨੂੰ ਮੈਂ ਕਿਹਾ ਹੁਣ ਅਸੀਂ ਹੋਰ ਤੇਰੀ ਟੇਪ ਕਰਨੀ ਆ, ਅਤੇ ਇਹ ਕਹਿੰਦਾ ਤੁਸੀਂ ਕਰ ਲਓ ਟੇਪਾਂ, ਵੀ ਤੂੰ ਸਾਡਾ ਫਰਕ ਤਾਂ ਹੈ ਨਹੀਂ ਘਰ 'ਚ ਕੋਈ ਵੀ, ਕਹਿੰਦਾ ਵੀ ਮੈਂ ਕਰਕੇ ਦੇਖ ਲਈ, ਮੈਨੂੰ ਲੱਗਦਾ ਲੋਕਾਂ ਨੂੰ ਮੇਰੀ ਆਵਾਜ਼ ਨਹੀਂ ਪਸੰਦ, ਇਹਨੇ ਕਿਹਾ ਕਮਲ। ਅਤੇ ਮੈਂ ਇਹਨੇ ਮੈਨੂੰ ਯਾਦ ਕਰਾਇਆ, ਮੈਨੂੰ ਤਾਂ ਯਾਦ ਨਹੀਂ ਸੀਗਾ, ਕਹਿੰਦਾ ਤੁਸੀਂ ਕਿਹਾ ਕਿ ਜਦ ਸਾਨੂੰ, ਮੈਨੂੰ ਤਾਂ ਸੰਗਤਾਰ ਨੂੰ ਤੇਰੀ ਆਵਾਜ਼ ਪਸੰਦ ਆ, ਤੈਂ ਲੋਕਾਂ ਤੋਂ ਕੀ ਲੈਣਾ, ਅਸੀਂ ਤੈਨੂੰ ਫੇਰ ਰਿਕਾਰਡ। ਪਰ ਜਦੋਂ ਕੈਂਠੇ ਵਾਲਾ ਆ, ਇਹ ਦੇਖ ਲਓ ਮੇਰੇ ਬਰਾਬਰ ਆ ਕੇ ਖੜਾ ਹੋ ਗਿਆ, ਬਿਲਕੁਲ ਪੰਜਾਬੀ ਸਟਾਈਲ ਸੀ। ਗੱਲ ਕਰਨੀ ਸੀ ਉਹਦੀ ਹੁਣ, ਕਿ ਉਹ ਜਦੋਂ ਕੈਂਠੇ ਵਾਲਾ ਗੀਤ ਆਇਆ, ਹੈ ਨਾ, ਕਿ ਉਹ ਜਿਹੜਾ ਇੱਕ ਇੱਕ ਡਰੈਸ ਸੀ, ਇੱਕ ਲੁੱਕ ਜਿਹੜੀ ਸੀਗੀ ਉਹ ਪੰਜਾਬੀ ਇੰਡਸਟਰੀ ਦੇ ਵਿੱਚ, ਕੈਂਠਾ ਪਾ ਕੇ ਅਤੇ ਉਹ ਸੱਗੀ ਫੁੱਲ ਵਾਲੀ, ਹੈ ਨਾ, ਨੀਰੂ ਬਾਜਵਾ ਜੀ, ਹੈ ਨਾ, ਕੋ ਸੀਗੇ ਤੁਹਾਡੇ ਨਾਲ, ਤੇ ਉਹ ਨੀਰੂ ਬਾਜਵਾ ਬਿਲਕੁਲ ਨਵੀਂ ਸੀਗੀ, ਉਹ ਲਾਂਚ ਹੋਈ ਉਸ ਗੀਤ ਨਾਲ, ਜੀ ਜੀ, ਉਹ ਤੋਂ ਪਹਿਲਾਂ ਮਾਰਕੀਟ 'ਚ ਤਾਂ ਕੁਛ ਨਹੀਂ ਆਇਆ ਸੀ, ਦੋਨੋਂ ਕੈਨੇਡਾ ਤੋਂ ਗਏ ਸੀ ਨਾ, ਜਿਹੜਾ ਪੇਅਰ ਸੀ, ਉਦੋਂ ਪੂਰੇ ਪੌਪ ਗਾਇਕੀ ਚੱਲਦੀ ਸੀ ਚਾਰੇ ਪਾਸੇ, ਸਾਰੇ ਸਿੰਗਰ ਬੰਬੇ ਦੇ ਗਾਣੇ, ਹਿੰਦੀ ਪੰਜਾਬ ਦੇ ਸਿੰਗਰ, ਦਲੇਰ ਮਹਿੰਦੀ ਬਣਦੇ ਸੀ ਉਦੋਂ ਸਾਰੇ। ਤੇ ਉਹ ਗਾਣੇ ਦਾ ਕਿੱਦਾਂ ਮਤਲਬ ਆਇਆ ਗਾਣਾ, ਉਹ ਤੁਹਾਨੂੰ ਮਿਲਿਆ? ਮੈਨੂੰ ਜਿੱਥੇ ਤੱਕ ਆਈਡੀਆ, ਮੈਨੂੰ ਪਤਾ ਸੀ ਕਿ ਉਹ ਗਾਣਾ ਵੀ ਡਿਊਟ ਲਿਖਿਆ ਗਿਆ ਸੀਗਾ, ਹਾਂਜੀ ਹਾਂਜੀ, ਤੇ ਉਹ ਡਿਊਟ ਉਸ ਵੇਲੇ ਮਾਹੌਲ ਬਹੁਤ ਸੀ ਡਿਊਟ ਦਾ, ਹਾਂਜੀ,
ਮੇਰੇ ਸਮਕਾਲੀ ਕਲਾਕਾਰ ਆਪਣੇ ਨਛੱਤਰ ਗਿੱਲ, ਬੜੀ ਪਿਆਰੀ ਆਵਾਜ਼, ਮੈਂ ਆਈ ਲਵ ਹਿਸ ਵੋਇਸ, ਅਤੇ ਉਹ ਇੱਕੋ ਦਿਨ ਚੱਲੇ ਸੀਗੇ ਦੂਰਦਰਸ਼ਨ ਤੋਂ ਦੋਨੋਂ ਗੀਤ, ਗੁੱਸਾ ਨਾ ਕਰੀ ਤੈਨੂੰ ਪਿੱਛੋਂ ਆਵਾਜ਼ ਮਾਰੀ ਆ ਅਤੇ ਕੈਂਠੇ ਵਾਲਾ, ਅਤੇ ਇਹ ਵੀ ਦੁਗਾਣਾ ਹੀ ਲਿਖਿਆ ਗਿਆ ਸੀ ਵੀ ਮਹਾਰਾਂਝਣੇ ਦੀ ਮੰਗ ਕੈਂਠੇ ਵਾਲਿਆ ਹੀਰ ਸਲੇਟੀ ਮੇਰਾ ਨਾਂ, ਕਿਉਂਕਿ ਦੁਗਾਣਾ ਹੀ ਸਾਰੇ ਗਾਉਂਦੇ ਸੀ, ਪਰ ਇਹ ਭਰਾਵਾਂ ਦੀ ਸੋਚ ਸੀਗੀ ਕਿ ਨਹੀਂ ਤੂੰ ਇੱਕ ਅਸੀਂ ਇੱਕ ਸੋਚ ਲੈ ਕੇ ਜਿਹੜੀ ਚੱਲੇ ਹਾਂ ਅਤੇ ਅਸੀਂ ਕਿਸ ਤਰ੍ਹਾਂ ਸ਼ੋਅ ਕਰਨੇ ਹਾਂ, ਇਹਨਾਂ ਦੀ ਸੋਚ ਸੀਗੀ, ਮੈਂ ਤਾਂ ਨਾਲ ਨਾਲ ਜਿਸ ਤਰ੍ਹਾਂ ਬਸ ਪਿੱਛੇ ਪਿੱਛੇ ਪਰਛਾਵਾਂ ਬਣ ਕੇ ਤੁਰਿਆ ਰਿਹਾ, ਫਿਰ ਪੰਜਾਬੀ ਵਿਰਸਾ ਇੱਥੋਂ ਟੋਰਾਂਟੋ 'ਚੋਂ ਇਹਨਾਂ ਦੀ ਸ਼ੁਰੂਆਤ ਹੋਈ ਸੀ, ਮੇਰੀ ਵੀ ਟੋਰਾਂਟੋ ਤੋਂ ਹੋਈ ਹੈ, ਅਤੇ ਪੰਜਾਬੀ ਵਿਰਸਾ ਜਦੋਂ ਫਿਰ ਵੰਡਰਲੈਂਡ ਦੇ ਵਿੱਚ ਉਹ ਲਾਈਵ ਮੈਨੂੰ ਲੋਕਾਂ ਨੇ ਸਾਰੀ ਦੁਨੀਆਂ ਨੇ ਵੇਖਿਆ ਅਤੇ ਉੱਥੋਂ ਫਿਰ ਇੱਕਦਮ ਹੁਲਾਰਾ ਮੈਨੂੰ ਮਿਲਿਆ ਜੀ। ਪਰ ਉਹ ਕੈਂਠੇ ਵਾਲਾ ਗੀਤ ਵੀ ਬਹੁਤ ਜ਼ਿਆਦਾ ਮਕਬੂਲ ਹੋਇਆ, ਬਹੁਤ ਜ਼ਿਆਦਾ ਮਕਬੂਲ ਹੋਇਆ, ਅਤੇ ਇਹ ਤਾਂ ਹੋ ਨਹੀਂ ਸਕਦਾ ਵੀ ਹੁਣ ਆਪਾਂ ਉਹ ਨਾ ਸੁਣੀਏ, ਹੈ ਨਾ? ਬਣਦਾ ਜੀ, ਬਣਦਾ ਬਣਦਾ ਆ, ਸੁਣਨਾ ਤਾਂ, ਹੈ ਨਾ? ਸੁਣਾ ਦਿਓ ਜੀ ਫਿਰ। ਧਰਤੀ ਨੂੰ ਫੁੱਲ ਜਾਣ ਲੱਗਦੇ ਪੱਬ ਰੱਖੇ ਜਿਹੜੀ ਜਿਹੜੀ ਥਾਂ, ਕੁੜੀਏ ਨੀ ਸੱਗੀ ਫੁੱਲ ਵਾਲੀਏ, ਕੈਂਠੇ ਵਾਲਾ ਪੁੱਛੇ ਤੇਰਾ ਨਾਂ। ਜੀ ਜੀ, ਬਹੁਤ ਬਹੁਤ ਖੂਬਸੂਰਤ, ਅਤੇ ਉਹ ਮੈਨੂੰ ਲੱਗਦਾ ਵੀ ਮੁੰਡਿਆਂ ਨੇ ਨਾ, ਮੈਂ ਦੇਖਿਆ ਉਸ ਤੋਂ ਬਾਅਦ ਜਿਹੜੇ ਕੋਈ ਯੂਥ ਫੈਸਟੀਵਲ ਹੁੰਦੇ ਸੀ, ਉਹ ਹੁੰਦੇ ਸੀ ਕੈਂਠੇ ਕੁੰਠੇ ਪਾਉਣੇ ਸ਼ੁਰੂ ਕਰਦੇ ਸੀਗੇ, ਕਿ ਰੋਲ ਮਾਡਲ ਹੁੰਦੇ ਆ ਨਾ ਜਦੋਂ ਤੁਸੀਂ ਸਟੇਜ ਤੇ ਕੰਟੈਸਟ ਹੁੰਦੇ ਆ, ਕੁੜੀਆਂ ਨੇ ਵੀ ਸੱਗੀ ਫੁੱਲ ਉਹ ਤੋਂ ਬਾਅਦ ਲਾ ਕੇ ਆਉਂਦੇ ਆ। ਜੀ ਜੀ, ਕਿ ਉਹੀ ਹੈ ਨਾ ਪੋਜ਼ਿਟਿਵ ਇਫੈਕਟ। ਤੇ ਇੱਕ ਭਾਜੀ ਤੁਸੀਂ ਇਹ ਦੱਸੋ ਕਿ ਜਿਹੜੀ ਜੋ ਅੱਜ ਦੀ ਗਾਇਕੀ ਚੱਲ ਰਹੀ ਆ, ਹੈ ਨਾ, ਮਤਲਬ ਬੜੀ ਸ਼ੋਰ ਸ਼ਰਾਬੇ ਵਾਲੀ, ਜਿਹਨੂੰ ਕਹਿੰਦੇ ਸ਼ੋਰ ਸ਼ਰਾਬਾ ਇਨ ਦ ਸੈਂਸ ਕਿ ਮਿਊਜ਼ਿਕ ਦੇ ਵਿੱਚ ਧੂਮ ਧੜਾ ਧੂਮ ਧੜਾ ਰਾਈਟ, ਅਤੇ ਤੁਸੀਂ ਆਪਦੀ ਉਹ ਜਿਹੜੀ ਇੱਕ ਲਾਈਨ ਬਣਾਈ ਹੈ ਨਾ ਵੀ ਕਿ ਜਿੱਦਾਂ ਵੀ ਸੁਰਜੀਤ ਪਾਤਰ ਸਾਹਿਬ ਕਹਿੰਦੇ ਕਿ ਮੈਂ ਰਾਹਾਂ 'ਤੇ ਨਹੀਂ ਤੁਰਦਾ, ਮੈਂ ਤੁਰਦਾ ਤਾਂ ਰਾਹ ਬਣਦੇ, ਹੈ ਨਾ, ਤੁਸੀਂ ਆਪਣਾ ਇੱਕ ਰਾਹ ਬਣਾਇਆ ਗਾਇਕੀ ਨੂੰ ਲੈ ਕੇ ਵੀ ਸੱਭਿਆਚਾਰ ਦੇ ਦਾਇਰੇ ਅੰਦਰ ਹੀ ਗਾਉਣਾ, ਉਹ ਤੋਂ ਬਾਹਰ ਨਹੀਂ ਜਾਣਾ, ਅਤੇ ਪਰਮਾਤਮਾ ਨੇ ਤੁਹਾਨੂੰ ਉਹਦੇ ਅੰਦਰ ਹੀ ਇੰਨੀ ਜ਼ਿਆਦਾ ਮਕਬੂਲੀਅਤ ਦਿੱਤੀ ਆ, ਇੰਨਾ ਜ਼ਿਆਦਾ ਮਾਣ ਦਿੱਤਾ ਆ, ਤੁਸੀਂ ਕੀ ਇਹ ਕੀ ਮੰਨਦੇ ਹੋ ਕਿ ਸ਼ੋਰ ਸ਼ਰਾਬੇ ਵਾਲੀ ਗਾਇਕੀ ਗਾ ਕੇ, ਮੇਰੇ ਸਾਹਮਣੇ ਤਾਂ ਐਗਜ਼ਾਮਪਲ ਹੁਣ ਹੈਗੀ ਆ ਕਿ ਉਹ ਜ਼ਰੂਰੀ ਨਹੀਂ ਵੀ ਉਹ ਗਾਉਣੀ ਆ ਤਾਂ ਮਕਬੂਲ ਹੋਣਾ ਆ, ਤੁਹਾਡੀ ਕੀ ਇੱਥੇ ਕੀ ਸੋਚ ਆ ਤੁਹਾਡੀ ਇਸ ਚੀਜ਼ ਨੂੰ ਲੈ ਕੇ? ਹਰੇਕ ਦੀ ਆਪਣੀ ਆ, ਸਾਡੀ ਤਾਂ ਇਹੀ ਸੋਚ ਆ ਜਿਹੜੀ ਤੁਸੀਂ ਕਿਹਾ ਆ ਕਿ ਤੁਹਾਨੂੰ ਵਿਸ਼ਵਾਸ ਪਹਿਲਾਂ ਆਪਣੇ ਆਪ 'ਤੇ ਹੋਣਾ ਚਾਹੀਦਾ, ਤਾਂ ਤੁਹਾਡੇ 'ਤੇ ਲੋਕ ਕਰਨਗੇ। ਜਦੋਂ ਤੁਸੀਂ ਆਪ ਡੋਲੇ ਜਾ ਫਿਰਦੇ ਆ ਨਾ ਕਿ ਯਾਰ ਪਤਾ ਨਹੀਂ ਕੀ ਬਣਨਾ ਕੀ ਨਹੀਂ ਬਣਨਾ, ਹੈ ਨਾ, ਅਤੇ ਲੋਕ ਪਸੰਦ ਕਰੂਗੇ ਵੀ ਕਿ ਨਹੀਂ ਕਰੂਗੇ, ਫਿਰ ਮੂਹਰਿਓਂ ਵੀ ਕੋਈ ਰਿਸਪੋਂਸ ਨਹੀਂ ਮਿਲਦਾ। ਇਹ ਕੁਦਰਤ ਦਾ ਹੀ ਨਿਯਮ ਆ, ਜਦੋਂ ਤੁਸੀਂ ਜੇ ਤੁਸੀਂ ਕੋਈ ਖਾਲ ਟੱਪਣੀ ਆ ਨਾ, ਛਾਲ ਮਾਰਨੀ ਆ, ਜੇ ਤੁਹਾਨੂੰ ਪਤਾ ਮੈਂ ਟੱਪ ਜਾਂਦਾ ਹੁੰਦਾ ਤਾਂ ਤੁਸੀਂ ਟੱਪ ਜਾਣਾ ਹੈ, ਜੇ ਤੁਸੀਂ ਕਹਿਣਾ ਮੈਂ ਯਾਰ ਡਿੱਗਣਾ ਪਵਾਂ ਰਸਤੇ, ਤੁਸੀਂ ਵਿਚਾਲੇ ਪਾਣੀ 'ਚ ਡਿੱਗਣਾ, ਨਹੀਂ ਟੱਪ ਹੋਣੀ ਤੁਹਾਡੇ ਕੋਲੋਂ। ਸੋ ਸਾਨੂੰ ਆਪਣੇ ਆਪ 'ਤੇ ਵਿਸ਼ਵਾਸ ਆ, ਅਤੇ ਸਾਨੂੰ ਸਾਡੀ ਆਪਣੀ ਜੋ ਕੁਛ ਅਸੀਂ ਸਿੱਖਿਆ ਉਸਤਾਦਾਂ 'ਤੇ ਵਿਸ਼ਵਾਸ ਆ, ਮਾਂ ਬਾਪ 'ਤੇ, ਸਾਨੂੰ ਆਪਣੇ ਪਿੰਡ 'ਤੇ, ਹਰੇਕ ਚੀਜ਼ 'ਤੇ ਮਾਣ ਆ ਸਾਨੂੰ, ਸਾਨੂੰ ਆਪਣੀ ਗਾਇਕੀ 'ਤੇ ਮਾਣ, ਆਵਾਜ਼ 'ਤੇ, ਜਿਹੜਾ ਅਸੀਂ ਲਫ਼ਜ਼ ਗਾਉਂਦੇ ਹਾਂ ਉਹਦੇ 'ਤੇ, ਫਿਰ ਉਹ ਲੋਕਾਂ ਨੂੰ ਵੀ ਪਸੰਦ ਆਉਂਦਾ ਆ। ਜਦੋਂ ਤੁਸੀਂ ਸੋਚਦੇ ਨਾ ਕਿ ਮੇਰੀ ਚੀਜ਼ ਦੂਜੇ ਦੀ ਚੀਜ਼ ਵਧੀਆ ਆ, ਮੈਂ ਮੇਰੀ ਘਟੀਆ ਆ, ਫਿਰ ਲੋਕਾਂ ਨੇ ਵੀ ਤੁਹਾਨੂੰ ਪਿਆਰ ਨਹੀਂ ਦੇਣਾ। ਹੁਣ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਐਗਜ਼ਾਮਪਲ ਦਿੰਦਾ, ਜਿਹੜੀ ਤੁਸੀਂ ਚੀਜ਼ ਕਦੇ ਵੀ ਨਹੀਂ ਨੋਟ ਕੀਤੀ ਹੋਣੀ, ਕਿ ਗਾਣੇ ਤਾਂ ਪੰਜਾਬੀ ਅਸੀਂ ਗਾਉਂਦੇ ਹਾਂ, ਦਾਇਰੇ 'ਚ ਰਹਿ ਕੇ ਗਾਉਂਦੇ ਹਾਂ, ਸ਼ਾਇਰੀ ਵਧੀਆ ਗਾਉਂਦੇ ਹਾਂ, ਪਰ ਜਦੋਂ ਵੀ ਅਸੀਂ ਸਟੇਜ 'ਤੇ ਜਾਂਦੇ ਹਾਂ, ਤਿੰਨੋਂ ਭਰਾ ਅਸੀਂ ਕੁੜਤਾ ਚਾਦਰਾ ਆਪਣੇ ਪੰਜਾਬੀ ਬਜ਼ੁਰਗਾਂ ਦੀ ਡਰੈਸ ਪਾ ਕੇ ਜਾਂਦੇ ਹਾਂ, ਕੋਸਟਿਊਮ ਸਾਡੇ ਉਹ ਹੁੰਦੇ ਆ ਜਿਹੜੇ ਸਾਡੇ ਬਜ਼ੁਰਗ ਚਾਦਰਾ ਕੁੜਤਾ ਪਾਉਂਦੇ ਸੀਗੇ, ਸਾਡਾ ਕੋਈ ਗੁਰਦਾਸ ਮਾਨ ਨੂੰ ਸਾਡੇ ਸੀਨੀਅਰ ਕਲਾਕਾਰ ਉਹਨਾਂ ਨੂੰ ਛੱਡ ਕੇ ਕੋਈ ਪੰਜਾਬ ਦਾ ਸਿੰਗਰ ਕੁੜਤਾ ਚਾਦਰਾ ਨਹੀਂ ਪਾਉਂਦਾ, ਕਿਉਂਕਿ ਉਹ ਸੋਚਦੇ ਅਸੀਂ ਪਿੱਛੇ ਰਹਿ ਜਾਵਾਂਗੇ, ਹੈ ਨਾ। ਹਾਂ, ਫਿਰ ਉਹ ਜਿਹੜੇ ਐਕਸ਼ਨ ਆ ਉਹ ਸਾਰੇ ਕਾਲਿਆਂ ਵਾਲੇ ਕਰਦੇ ਆ, ਉਹ ਜਿਹੜੇ ਸਟੇਜ ਤੇ ਫੋਟੋ ਵੀ ਖਿਚਾਉਂਦੇ ਆ, ਉਹ ਐਕਸ਼ਨ ਲਾਉਂਦੇ ਆ, ਹੈ ਨਾ। ਮੈਂ ਤਾਂ ਜਿਹੜੇ ਸਾਡੇ ਕਈ ਧਾਰਮਿਕ ਲੀਡਰ ਵੀ, ਅਸੀਂ ਧਾਰਮਿਕ ਵਾਲੇ ਪਾਸੇ ਜਾਂਦੇ ਨਹੀਂ ਹੈਗੇ, ਪਰ ਉਹ ਵੀ ਜੇ ਸ਼੍ਰੋਮਣੀ ਕਮੇਟੀ ਦੇ ਵੀ ਕੋਈ ਬੰਦਾ ਜਿੱਤਦਾ ਆ ਤਾਂ ਉਹ ਵੀ ਦਾ ਨਿਸ਼ਾਨ ਬਣਾਉਂਦਾ ਆ, ਪਰ ਮੈਂ ਕਹਿੰਦਾ ਵੀ ਭਗਤ ਸਿੰਘ ਦਾ ਇੱਦਾਂ ਕਰਦਾ ਸੀ ਜਿੱਤ ਦਾ ਨਿਸ਼ਾਨ, ਉਹ ਤਾਂ ਇੱਦਾਂ ਬਣਾਇਆ ਨਹੀਂ, ਹੈ ਨਾ। ਮੈਂ ਤਾਂ ਇੱਦਾਂ ਹੀ ਕਹੂੰਗਾ, ਜਦੋਂ ਮੈਨੂੰ ਤੁਸੀਂ ਮੇਰੀ ਫੋਟੋ ਕਮਲ ਹੀਰ ਦੀ ਇੱਦਾਂ ਨਹੀਂ ਦੇਖੋਗੇ ਫੋਟੋ, ਸਾਨੂੰ ਮਾਣ ਆ, ਮੈਨੂੰ ਪਤਾ ਆ ਸ਼ੌਂਕੀ ਇੱਦਾਂ ਉਂਗਲੀ ਘੁਮਾਉਂਦਾ ਸੀ, ਮੈਨੂੰ ਉੱਤੇ ਮਾਣ ਆ, ਮਾਣ ਕੇ ਇੱਦਾਂ ਕਰਦਾ ਸੀ, ਹੈ ਨਾ, ਮੈਂ ਉਹ ਕਾਲਿਆਂ ਵਾਲੇ ਐਕਸ਼ਨ ਨਹੀਂ ਲਾਉਂਦਾ। ਸੋ ਤੁਹਾਨੂੰ ਪਹਿਲਾਂ ਆਪਣੀ ਚੀਜ਼ 'ਤੇ ਮਾਣ ਹੋਣਾ ਚਾਹੀਦਾ, ਫਿਰ ਤੁਹਾਡੇ ਜਿਹੜੇ ਚਾਹੁਣ ਵਾਲੇ ਆ ਫਿਰ ਉਹਨਾਂ ਨੂੰ ਵੀ ਤੁਹਾਡੇ ਤੇ ਮਾਣ। ਸੀਰੀਅਸਲੀ ਬੜੀ ਵਧੀਆ ਤੁਸੀਂ ਗੱਲ ਕੀਤੀ ਹੈ, ਮੈਂ ਨੋਟ, ਹਾਂ, ਮਤਲਬ ਮੇਰੇ ਵਰਗੇ ਬਹੁਤ ਨੇ ਲੋਕ ਕਿ ਦਰਸ਼ਕ ਵੀ ਜਿੱਦਾਂ ਆਮ ਨੋਟ ਨਹੀਂ ਕਰਦੇ, ਲਾਈਕ ਵੀ ਆ ਚਾਹ ਚਾਹ 'ਚ ਨਹੀਂ ਜਿੱਦਾਂ ਹੁੰਦਾ ਲਾਈਕ ਵੀ ਲਾਈਕ ਇੱਦਾਂ ਵੀ ਬਣਾਤੀ ਆ, ਮਤਲਬ ਉਹ ਚੀਜ਼ ਜਿੱਦਾਂ ਤੁਸੀਂ ਕਿਹਾ ਜਿਹਨ 'ਚ ਕਦੇ ਆਈ ਨਹੀਂ ਗੀ ਕਿ ਇਹ ਆਪਾਂ ਜਿਹੜੇ ਅਸਲੀ ਅਸੀਂ ਆਪਦੀ ਪਹਿਚਾਣ ਨੂੰ ਛੱਡ ਕੇ ਨਹੀਂ ਮਾਣ ਹੈਗਾ। ਹਾਂਜੀ ਹਾਂ, ਬਿਲਕੁਲ। ਤੇ ਭਾਜੀ 25 ਸਾਲ ਦੇ ਸਫ਼ਰ ਦੇ ਵਿੱਚ ਬਹੁਤ ਸਾਰੇ ਉਤਰਾਅ ਚੜ੍ਹਾਅ ਵੀ ਦੇਖੇ ਹੋਣੇ ਗਾਇਕੀ ਦੇ ਵਿੱਚ, ਹੈ ਨਾ, ਤੇ ਕੋਈ ਇੱਕ ਦੋ ਕੁ ਐਕਸਪੀਰੀਅੰਸ ਜਿਹੜੇ ਜ਼ਰੂਰ ਸ਼ੇਅਰ ਕਰੋ। ਐਕਸਪੀਰੀਅੰਸ ਇੱਦਾਂ ਆ ਕਿ ਮੈਂ ਦੂਜੇ ਕਰ ਦਿੰਦਾ, ਜਿਹੜੇ
ਸਟਾਈਲ ਚੇਂਜ ਹੋਇਆ ਹਾਂਜੀ ਤੇ ਜਿੱਦਾਂ ਆਪਾਂ ਪੌਪ ਗਾਇਕੀ ਦੀ ਗੱਲ ਕੀਤੀ ਆ ਜਦੋਂ ਦਲੇਰ ਮਹਿੰਦੀ ਨਾ ਮਾਰਕੀਟ ਚ ਆਇਆ ਉਹ ਇਕਦਮ ਉਹ ਗਾਣਾ ਚੱਲ ਗਿਆ ਉਹਦਾ ਬੋਲੋ ਤਾਰਾ ਰਾ ਹਨਾ ਜਦ ਕਿ ਉਹ ਲਫ਼ਜ਼ ਕੰਜਰੀ ਕਲੋਲ ਕਰਦੀ ਸੀ ਹਨਾ ਤੇ ਪਰ ਉਹ ਸਾਰੇ ਸਿੰਗਰ ਸੋਚਣ ਲੱਗ ਪਏ ਕਿ ਹਾਂ ਇੱਦਾਂ ਵੱਡੇ ਬਣਿਆ ਜਾ ਸਕਦਾ ਜੇ ਆਪਾਂ ਇੱਦਾਂ ਦੇ ਲਫ਼ਜ਼ ਗਾਈਏ ਜਿਹਦਾ ਮਤਲਬ ਕੋਈ ਨਾ ਹੋਵੇ ਸੋ ਸਾਡੇ ਪੰਜਾਬ ਦੇ ਜਿਹੜੇ ਸਮਕਾਲੀ ਸਿੰਗਰ ਸੀਗੇ ਉਹ ਸਾਰੇ ਪੌਪ ਗਾਇਕੀ ਕਹਿਣ ਲੱਗ ਪਏ ਉਹਦਾ ਨਾਂ ਰੱਖ ਲਿਆ ਹਨਾ ਅਤੇ ਉੱਦਾਂ ਦੇ ਲਫ਼ਜ਼ ਉਹ ਜਿਹੜੇ ਬੰਬੇ ਦੀਆਂ ਕੰਪਨੀਆਂ ਸੀਗੀਆਂ ਉਹ ਕਹਿੰਦੇ ਸੀ ਹਿੰਦੀ ਨੁਮਾ ਪੰਜਾਬੀ ਜਾਣੀ ਕਿ ਉਹਦੇ ਵਿੱਚੋਂ ਹਿੰਦੀ ਦੀ ਸਮੈਲ ਆਉਣੀ ਚਾਹੀਦੀ ਆ ਜਿਹੜੇ ਡੂੰਘੇ ਲਫ਼ਜ਼ ਆ ਉਹ ਕੱਢ ਦਿਓ ਅਤੇ ਪਰ ਮੇਰਾ ਉਸ ਜ਼ਮਾਨੇ 'ਚ ਚੱਲਿਆ ਜਾਂ ਭਾਬੀ ਝੂਟ ਲੈ ਪੀਂਗ ਹਲਾਰੇ ਲੈਂਦੀ ਹੈ ਨਾ ਉਹ ਸਿਖਰ ਸੀਗਾ ਪੌਪ ਦਾ ਹੈ ਨਾ ਅਤੇ ਸੈਡ ਗਾਣਾ ਸੀ ਮੇਰਾ ਪਹਿਲੇ ਤੋੜਦੀ ਦਾਰੂ ਵਰਗੇ ਹੋਰ ਕਿਸੇ 'ਤੇ ਡੁੱਲ ਗਏ ਡੁੱਬਦਾ ਦਿਲ ਹੁਣ ਕਿਸੇ ਨੂੰ ਚੜ੍ਹਦੀ ਲੋਰ ਵੇਖਦਾ ਇਹ ਤਾਂ ਹੁਣ ਜਿਹੜਾ ਸ਼ਹਿਰ 'ਚ ਰਹਿੰਦਾ ਉਹਨੂੰ ਸਮਝ ਨਹੀਂ ਆਉਣਾ ਜਿਹੜਾ ਅਸਲੀ ਪੰਜਾਬੀ ਹੋਊਗਾ ਉਹਨੂੰ ਹੀ ਪਤਾ ਹੋਊਗਾ ਇਹਦਾ ਮਤਲਬ ਕੀ ਆ ਪਰ ਮੈਂ ਉਹ ਗਾਣਾ ਚਲਾਇਆ ਉਸ ਵੇਲੇ ਸੱਜਣਾ ਦੀ ਫੁਲਕਾਰੀ ਸਭ ਤੋਂ ਹਿੱਟ ਗਾਣਾ ਹੈ ਇਹ ਉਸ ਵੇਲੇ ਰਿਹਾ ਜਦੋਂ ਦਲੇਰ ਮਹਿੰਦੀ ਚੱਲਦਾ ਸੀਗਾ ਹੈ ਨਾ ਅਤੇ ਉਹ ਤੋਂ ਬਾਅਦ ਫਿਰ ਜਿੱਦਾਂ ਕਮਲ ਜਦੋਂ ਕਮਲ ਦੀ ਐਂਟਰੀ ਹੋਈ ਫਿਰ ਦਗਾਣੇ ਆ ਗਏ ਫਿਰ ਸਾਡੇ ਕਿਸੇ ਪੰਜਾਬ ਦੇ ਸਿੰਗਰ ਨੇ ਛੱਡਿਆ ਹੀ ਨਹੀਂ ਦਗਾਣਾ ਗਾਉਣਾ ਇੱਕ ਕੁੜੀ ਨਾਲੇ ਸਾਰੇ ਗਾਉਣ ਗਾਤਾ ਹਨ ਪਰ ਅਸੀਂ ਉਸ ਜ਼ਮਾਨੇ ਵਿੱਚ ਵੀ ਆਪਣੀ ਜਿਹੜੀ ਸ਼ਾਇਰੀ ਆ ਜਿਹੜੀ ਆਪਣੇ ਗਾਣੇ ਆ ਉਹ ਦਗਾਣੇ ਨਹੀਂ ਕੀਤੇ ਹੈ ਨਾ ਫਿਰ ਵੀ ਚੱਲੇ ਅਸੀਂ ਲੋਕਾਂ ਨੇ ਸਾਨੂੰ ਫਿਰ ਵੀ ਪਸੰਦ ਕੀਤਾ ਉਹ ਤੋਂ ਬਾਅਦ ਹੁਣ ਵਾਇਲੈਂਸ ਦੇ ਗਾਣੇ ਕਿੰਨੇ ਮਾਰ ਦੇਵਾਂਗੇ ਤੈਨੂੰ ਤੇਰੀ ਬੱਖੀ ਚ ਐਂ ਕਰ ਦਿਆਂਗੇ ਤੇਰੇ ਆਂਦਰਾਂ ਕੱਢ ਦਿਆਂਗੇ ਇਦਾਂ ਦੇ ਗਾਣੇ ਆ ਰਹੇ ਆ ਹਨਾ ਅਸੀਂ ਤਾਂ ਵੀ ਇਹੀ ਗਾਇਆ ਪਿਸਟਲ ਤਾਂ ਮਿਲਣ ਬਾਜ਼ਾਰੋਂ ਜਿਗਰੇ ਨਾ ਮਿਲਦੇ ਬਈ ਜੇ ਕਹੀਏ ਵੀ ਹਨਾ ਗਾਣਾ ਤੇ ਉਹ ਤੋਂ ਬਾਅਦ ਜਿਹੜੇ ਵੀਡੀਓ ਬਣੇ ਅਸ਼ਲੀਲ ਇੰਨੇ ਵਲਗਰ ਬਣੇ ਆ ਕਿ ਤੁਸੀਂ ਆਪਣੇ ਘਰਾਂ 'ਚ ਪਰਿਵਾਰਾਂ 'ਚ ਬੈਠ ਕੇ ਦੇਖ ਨਹੀਂ ਸਕਦੇ ਉਹਨਾਂ ਵੀਡੀਓਜ਼ ਨੂੰ ਸਾਡੇ ਵੀਡੀਓਜ਼ ਕਿਹੜੇ ਉਹਦੇ ਨਾਲੋਂ ਘੱਟ ਪੈਸੇ ਦੇ ਹੁੰਦੇ ਆ ਉਹ ਤੋਂ ਦੁੱਗਣੇ ਕਿ ਹੁਣ ਰਾਣੀ ਸੁੰਦਰਾਂ ਮੈਂ ਬਣਾਇਆ ਜਿੰਨੇ ਦਾ ਵੀਡੀਓ ਬਣਦਾ ਉਨੇ ਦਾ ਤਾਂ ਅਸੀਂ ਉਹ ਜਿਹੜਾ ਮਹਿਲ ਵਾ ਉਹਦੀ ਬੁਕਿੰਗ ਸੀਗੀ ਉਨੇ ਪੈਸਿਆਂ ਦੀ ਤਾਂ ਹਨਾ ਪਰ ਅਸੀਂ ਕੋਸ਼ਿਸ਼ ਕੀਤੀ ਤਿੰਨਾਂ ਭਰਾਵਾਂ ਨੇ ਕਿ ਜਿਹੜੀ ਚੀਜ਼ ਤੁਸੀਂ ਆਪਣੇ ਪਰਿਵਾਰ 'ਚ ਨਹੀਂ ਦੇਖ ਸਕਦੇ ਉਹ ਲੋਕਾਂ ਨੂੰ ਵੀ ਨਾ ਦਿਖਾਲੀ ਜਾਵੇ ਅਤੇ ਉਹਦੇ ਵਿੱਚ ਵੀ ਅਸੀਂ ਆਪਣੇ ਕੱਪੜੇ ਵੀ ਪੂਰੇ ਵੀਡੀਓ ਦੇ ਵਿੱਚ ਕੁੜੀਆਂ ਨੂੰ ਮਾਡਲ ਨੂੰ ਜੇ ਦਿਖਾਉਣਾ ਚਾਹਿਆ ਇੱਥੋਂ ਤੱਕ ਕਿ ਧੀਆਂ ਬਚਾਓ ਰੁੱਖ ਲਗਾਓ ਪਾਣੀ ਦਾ ਸਤਿਕਾਰ ਕਰੋ ਉਹਦੇ ਵਿੱਚ ਮਾਡਲ ਅਸੀਂ ਸੰਤ ਬਲਵੀਰ ਸਿੰਘ ਸੀਚੇਵਾਲ ਸਾਹਿਬ ਨੂੰ ਲਿਆ ਮੈਂ ਹੱਸਦਾ ਸੀ ਉਹਨਾਂ ਨੂੰ ਮੈਂ ਕਿਹਾ ਦੇਖ ਲਓ ਅਸੀਂ ਤੁਹਾਡੇ ਕੋਲ ਆਏ ਹਾਂ ਕਿਉਂਕਿ ਸਾਡਾ ਮੈਸੇਜ ਇੱਦਾਂ ਦਾ ਆ ਕਹਿੰਦੇ ਨੇ ਸਿਆਣੇ ਗੱਲਾਂ ਸੱਚੀਆਂ ਖਾਧੀਆਂ ਖੁਰਾਕਾਂ ਕੰਮ ਆਉਣੀਆਂ ਪਹਿਲਵਾਨ ਦਾਰਾ ਸਿੰਘ ਜੀ ਨੂੰ ਲਿਆ ਮਾਡਲ ਨਾ ਕਿ ਕਿਸੇ ਜੇ ਹੁਣ ਦਾਰਾ ਸਿੰਘ ਜੀ ਨੂੰ ਅਸੀਂ ਬੰਬੇ ਤੋਂ ਮੰਗਾ ਸਕਦੇ ਸੀਗੇ ਤਾਂ ਅਸੀਂ ਕਿਸੇ ਹਿੰਦੀ ਮਾਡਲ ਹੀਰੋਇਨ ਨੂੰ ਵੀ ਮਿਲਾ ਸਕਦੇ ਹਾਂ ਹਨਾ ਸੋ ਇਹ ਗੱਲਾਂ ਵੀ ਲੋਕਾਂ ਨੂੰ ਦੱਸੇ ਤੋਂ ਬਿਨਾਂ ਪਤਾ ਨਹੀਂ ਲੱਗਦੀਆਂ ਮੈਂ ਤਾਂ ਦੱਸ ਰਿਹਾ ਹਾਂ ਜੀ ਬਿਲਕੁਲ ਬਿਲਕੁਲ ਦਰਸ਼ਕਾਂ ਤੱਕ ਪਹੁੰਚਣਾ ਚਾਹੀਦਾ ਹੈ ਚੰਗੀ ਖਬਰ ਹੈ ਉਹਦੇ ਪਾਇਲਟ ਆਪ ਬਣਨਾ ਪੈਂਦਾ ਜੀ ਬਿਲਕੁਲ ਜੇ ਕਿਸੇ ਨੂੰ ਉੱਥੇ ਚਾਰ ਗਾਲਾਂ ਕੱਢਦੇ ਹੋ ਨਾ ਖੜ ਕੇ ਕਿਸੇ ਦੇ ਪੇਟ ਮਾਰਦੇ ਹੋ ਸਵੇਰ ਨੂੰ ਭਾਜੀ ਕੀ ਗੱਲ ਹੋਈ ਸੀਗੀ ਵੀਡੀਓ ਹਰੇਕ ਨੇ ਪੁੱਛਣਾ ਚੰਗੀ ਖਬਰ ਜੇ ਕਿਤੇ ਸਨਮਾਨ ਹੋਇਆ ਤਾਂ ਕਿਤੇ ਅਖਬਾਰ 'ਚ ਲੱਗ ਗਈ ਤਾਂ ਦੋ ਚਾਰ ਪੜ੍ਹ ਵੀ ਲਊਗੇ ਮੈਂ ਨਾ ਤੁਹਾਡੀ ਤਾਂ ਪਤਾ ਹੀ ਨਹੀਂ ਲੱਗਦਾ ਇਹ ਗੱਲ ਦੇ ਵਿੱਚ ਮੈਂ ਨਾ ਰਾਤ ਯੂਟਿਊਬ 'ਤੇ ਇੰਟਰਵਿਊਜ਼ ਵੇਖ ਰਹੀ ਸੀਗੀ ਮੈਨੂੰ ਬੜਾ ਸ਼ੌਂਕ ਆ ਸਾਰਿਆਂ ਦਾ ਮਤਲਬ ਇੱਦਾਂ ਜਿੰਨਾ ਜਿਹੜੇ ਸਾਡੇ ਇੰਡਸਟਰੀ 'ਚ ਬਹੁਤ ਜਿੱਦਾਂ ਕਰੀਏ ਥੰਮ ਆ ਪੰਜਾਬੀ ਇੰਡਸਟਰੀ ਦੇ ਉਹਨਾਂ ਬਾਰੇ ਜਾਣਨ ਦਾ ਮੈਂ ਨਾ ਇਹ ਰਾਤ ਵੇਖਦੀ ਸੀ ਕਿਸੇ ਨੇ ਲਿਖਿਆ ਹੋਇਆ ਸੀ ਕਮਲ ਹੀਰ ਨੇ ਗੁੱਸੇ ਕਮਲ ਹੀਰ ਦਾ ਗੁੱਸਾ ਵੇਖੋ ਹੈ ਨਾ ਯੂਟਿਊਬ 'ਤੇ ਅਤੇ ਮੈਂ ਕਿਹਾ ਆਈ ਡੋਂਟ ਨੋ ਵਟ ਹੈਪਨ ਮੈਂ ਜਦੋਂ ਉਹ ਕਲਿੱਕ ਕੀਤਾ ਉਹਦੇ ਵਿੱਚ ਪਤਾ ਕੀ ਗੱਲ ਕੁਛ ਵੀ ਨਹੀਂ ਸੀ ਤੁਹਾਡੇ ਪ੍ਰੋਗਰਾਮ ਦੇ ਵਿੱਚ ਕੋਈ ਮਾਈਕ ਚੱਲਦੇ ਚੱਲਦੇ ਬੰਦ ਹੋ ਗਿਆ ਸੀ ਅਤੇ ਤੁਸੀਂ ਉਹਦੇ ਬਾਰੇ ਪੁੱਛ ਰਹੇ ਹੋ ਕਿ ਮਾਈਕ ਕਿੱਦਾਂ ਬੰਦ ਹੋ ਗਿਆ ਕਿ ਬਟਨ ਪ੍ਰੈਸ ਹੋ ਗਿਆ ਜਾਂ ਮੇਰੇ ਪ੍ਰੈਸ ਹੋ ਗਿਆ ਮੈਂ ਕਿਹਾ ਵੀ ਦੇਖੋ ਤੁਸੀਂ ਮਾੜੀ ਜਿਹੀ ਗੱਲ ਹੋਵੇ ਤਾਂ ਉਹ ਕਿੱਦਾਂ ਵਾਇਰਲ ਹੁੰਦੀ ਆ ਪੋਜ਼ਿਟਿਵ ਮੈਸੇਜ ਨੂੰ ਲੋਕ ਵਾਇਰਲ ਨਹੀਂ ਕਰਦੇ ਦੇਖ ਕੇ ਛੱਡ ਦਿੰਦੇ ਆ ਬੇਟ ਕੈਪਸ਼ਨ ਕਹਿੰਦੇ ਆ ਹੁਣ ਜਿਸ ਤਰ੍ਹਾਂ ਮੱਛੀ ਨੂੰ ਨਹੀਂ ਖੁਰਾਕ ਪਾਈ ਦੀ ਉਹ ਮੱਛੀ ਨੂੰ ਖੁਰਾਕ ਪਾਈ ਦੀ ਤੇ ਮੱਛੀ ਜਿਸ ਵੇਲੇ ਖੁਰਾਕ ਵੇਖਦੀ ਤੇ ਵਿਚਾਰੀ ਆਉਂਦੀ ਉਹ ਹੁੱਕ 'ਚ ਫਸ ਜਾਂਦੀ ਹੈ ਉਹ ਇੱਕ ਇਸ ਤਰ੍ਹਾਂ ਦਾ ਉੱਪਰ ਲਾਉਣਗੇ ਅਸੀਂ ਤਾਂ ਉਹਨਾਂ ਟੀਵੀਆਂ ਤੇ ਇੰਟਰਵਿਊ ਕਰਨੀ ਛੱਡ ਦਿੱਤੀ ਜਿਹੜੇ ਇਸ ਤਰ੍ਹਾਂ ਦੀਆਂ ਮੁੜ ਕੇ ਕੈਪਸ਼ਨਾਂ ਲਾ ਕੇ ਤਾਂ ਸੋ ਉਹ ਕੀ ਆ ਕਿ ਉਹਦੇ ਵਿੱਚ ਵੇਟ ਕਰ ਲੈਣਾ ਅਗਲੇ ਨੂੰ ਅਗਲੇ ਨੇ ਕਹਿਣਾ ਯਾਰ ਦੇਖੀਏ ਵੀ ਮੁਹੰਮਦ ਸਦੀਕ ਨੇ ਰਣਜੀਤ ਕੌਰ ਨੂੰ ਕਿਉਂ ਛੱਡਿਆ ਉਹ ਮੁੜ ਕੇ ਵਿਚਾਰੇ ਨੇ ਬੜੀ ਅੱਛੀ ਗੱਲ ਕੀਤੀ ਹੁੰਦੀ ਆਰਟਿਸਟ ਨੇ ਸੋ ਇਹ ਇਹ ਕੋਈ ਚੰਗੀਆਂ ਗੱਲਾਂ ਨਹੀਂ ਹੁੰਦੀਆਂ ਪਰ ਇਹ ਇਹ ਬਹੁਤ ਜਿਹੜਾ ਇਹ ਜਿਹੜਾ ਕਹਿ ਦਈਏ ਕਿ ਸੋਸ਼ਲ ਮੀਡੀਆ ਸਾਡਾ ਹਨਾ ਸ਼ੇਰ ਮਗਰਮੱਛ ਤੇ ਹੋਣਾ ਇਦਾਂ ਵਿੱਚ ਸਾਰੀ ਵੀਡੀਓ ਤੁਸੀਂ ਦੇਖ ਲੈਣੀ ਨਾ ਸ਼ੇਰ ਦੇ ਸੁਣਾ ਨਾ ਮਗਰਮੱਛ ਦੇ ਸੁਣਾ ਇਹ ਵੇਟ ਪਾਉਂਦੇ ਆ ਉਹਦਾ ਨਾਮ ਵੀ ਇਹ ਇੰਗਲਿਸ਼ 'ਚ ਹੁਣ ਬਣਾਇਆ ਉਹਨਾਂ ਹਾਂਜੀ ਉਹ ਤਾਂ ਹੈਗਾ ਨਾ ਕਿ ਵੀ ਦੇਖੋ ਸੋਸ਼ਲ ਮੀਡੀਆ ਜਿਹੜਾ ਮੈਨੂੰ ਲੱਗਦਾ ਹਰ ਇੱਕ ਚੀਜ਼ ਇੱਕ ਪੋਜ਼ਿਟਿਵ ਪੁਆਇੰਟ ਨੂੰ ਲੈ ਕੇ ਬਣਾਈ ਜਾਂਦੀ ਹੈ ਪਰ ਤੁਸੀਂ ਦੇਖ ਲਓ ਉਹਨਾਂ ਦਾ ਵਿਊ ਵਧਾ ਦਿੱਤਾ ਉਹ ਕਾਮਯਾਬ ਹੋ ਗਏ ਹਨਾ ਬਿਲਕੁਲ ਮੈਨੂੰ ਇੱਕ ਅਮਰਜੀਤ ਨੂੰ ਕਮਲਜੀਤ ਨੂੰ ਫੁੱਲਾਂ ਦੇ ਹਾਰ ਪਾਏ ਤੁਸੀਂ ਕਹਿਣਾ ਸੀ ਇਹ ਨਹੀਂ ਮੈਂ ਗੁੱਸੇ ਵਾਲੀ ਦੇਖਦੀ ਉਹ ਕਾਮਯਾਬ ਆ ਉਸ ਗੱਲ 'ਚ ਜੀ ਬਿਲਕੁਲ ਬਿਲਕੁਲ ਉਹੀ ਹੋਇਆ ਨਾ ਕਿ ਵੀ ਇੱਕਦਮ ਮਾਈਂਡ ਦੇ ਵਿੱਚ ਕਲਿੱਕ ਕਰ ਲਈ ਇਹ ਗੱਲ ਦੇਖੋ ਵੀ ਮੈਨੂੰ 25 ਸਾਲ ਹੋ ਗਏ ਜੀ ਕਮਲ ਨੂੰ ਹੁਣ 17 18 ਸਾਲ
ਹੋ ਗਿਆ, ਇਹਨੂੰ ਵੀ ਨਾਲ ਹੀ 25 ਹੋ ਗਿਆ ਸੰਗਤਾਰ ਨੂੰ ਵੀ ਸਮਝ ਲਓ ਜੀ। ਤੇ 25 ਸਾਲ ਵਿੱਚ ਸਾਰੇ ਮੈਲਬਰਨ ਤੋਂ ਲੈ ਕੇ ਟੋਰਾਂਟੋ ਤੱਕ, ਆਸਟ੍ਰੇਲੀਆ ਤੋਂ ਲੈ ਕੇ, ਸਭ ਤੋਂ ਵੱਡਾ ਪੰਜਾਬੀ ਸ਼ੋਅ ਸਾਡਾ ਆਸਟ੍ਰੇਲੀਆ ਦੇ ਵਿੱਚ ਵੀ ਆ, ਪੰਜਾਬੀ ਵਿਰਸਾ ਜਿਹੜਾ ਪੰਜਾਬੀ ਵਿਰਸਾ। ਤੇ ਬਿਨਾਂ ਸ਼ੋਸ਼ੇ ਤੋਂ ਇੰਨਾ ਚਿਰ ਮਾਰਕੀਟ 'ਚ ਪਹਿਲੇ ਨੰਬਰਾਂ 'ਚ ਰਹਿਣਾ ਕਿੰਨਾ ਔਖਾ ਹੈ, ਕੋਈ ਨਾ ਕੋਈ ਬਲਗਰ, ਨਾ ਕੁੜੀ ਦੇ ਕੱਪੜੇ ਲਾਉਣੇ, ਨਾ ਕੋਈ ਗੰਨਾ ਦਿਖਾਲਣੀਆਂ, ਨਾ ਕੋਈ ਬਾਲ ਪੁੱਠੇ ਸਿੱਧੇ, ਨਾ ਕੋਈ ਕੱਪੜੇ ਪੁੱਠੇ ਸਿੱਧੇ, ਨਾ ਕਿਸੇ ਦੇ ਚੁੱਭਵੀਂ ਗੱਲ ਕਰਨੀ, ਹਨਾ, ਤੇ ਨਾ ਕੋਈ ਅਸ਼ਲੀਲ ਲਫ਼ਜ਼ ਵਿੱਚ ਵਰਤਣਾ, ਹਨਾ, ਤੇ ਪਰ ਫੇਰ ਵੀ 25 ਸਾਲ ਚੱਲਣਾ ਬਹੁਤ ਵੱਡੀ ਇੱਕ ਆਪਣੇ ਆਪ 'ਚ ਹੀ ਮਾਣ ਹੁੰਦਾ ਬੰਦੇ ਨੂੰ, ਤੇ ਸਰੋਤਿਆਂ ਨੂੰ ਤਾਂ ਹੋਣਾ ਹੀ ਹੋਣਾ ਆ ਮਾਣ। ਸੇਰਾ ਤਾਂ ਉਹਨਾਂ ਸੇਰੀ ਆ ਜਿਹੜੇ ਪਿਆਰ ਸਰਾਨਾ ਦੇਣ ਤਾਂ, ਅਸੀਂ ਕਿੰਨਾ ਕੁ ਚਿਰ ਘਰੋਂ ਪੈਸੇ ਲਾ ਕੇ ਵੀਡੀਓ ਬਣਾਈ ਜਾਣੇ ਆ ਜਾਂ ਆਪਣੇ ਕਿੱਦਾਂ ਪ੍ਰੋਮੋਸ਼ਨ ਕਰਨੇ ਆ, ਏਡੇ ਵੱਡੇ ਹਾਲ ਕਿੱਦਾਂ ਅਸੀਂ ਭਰਨੇ ਆ। ਉਹੀ ਹੈਗਾ ਕਿ ਹਾਲ ਵੀ ਫਿਰ ਇਦਾਂ ਨਹੀਂ ਹੁੰਦਾ ਕਿ ਤੁਹਾਡਾ ਕੋਈ ਸੀਟ ਤੁਹਾਨੂੰ ਖਾਲੀ ਮਿਲ ਜਾਣੀ ਹੈ, ਕਿਉਂਕਿ ਮੈਂ ਆਪ ਦੇਖਿਆ ਆ ਇਹਨਾਂ ਦਾ ਪਿਆਰਿਆਂ ਦਾ ਪਿਆਰ ਹੈ ਜੀ, ਸੋ ਇਹਨਾਂ ਨੂੰ ਅਪਲੋਡ ਸਾਨੂੰ ਕਰਨਾ ਪੈਂਦਾ ਹੈ। ਬਿਲਕੁਲ ਬਿਲਕੁਲ ਬਿਲਕੁਲ, ਜੇ ਉਹਨਾਂ ਦਾ ਹੌਸਲਾ ਨਾ ਹੋਵੇ ਤਾਂ ਅਸੀਂ ਕਿਸ ਤਰ੍ਹਾਂ ਕਰ ਸਕਦੇ ਜੀ। ਬਿਲਕੁਲ, ਤੇ ਇਹ ਕਿੱਦਾਂ ਡਿਸਾਈਡ ਹੁੰਦਾ ਕਿ ਐਤਕੀ ਜਿਹੜਾ ਪੰਜਾਬੀ ਵਿਰਸਾ ਜਿਹੜਾ ਤੁਸੀਂ ਕਰਦੇ ਹੋ, ਹਨਾ, ਕਿ ਇੱਥੇ ਕਰਨਾ ਆ ਜਾਂ ਹੁਣ ਐਤਕੀ ਉੱਥੇ ਕਰਨਾ ਆਪਣਾ ਆਸਟ੍ਰੇਲੀਆ ਕਰਨਾ? ਅਸੀਂ ਇੱਕ ਸਾਲ ਛੱਡ ਕੇ ਕਰਦੇ ਹਾਂ, ਇੱਕ ਵੱਡੇ ਸ਼ਹਿਰ ਦੇ ਵਿੱਚ ਅਸੀਂ ਇੱਕ ਹੀ ਸ਼ੋਅ ਕਰਦੇ ਹਾਂ। ਇਸ ਤਰ੍ਹਾਂ ਨਹੀਂ ਹੈਗਾ ਫਿਰ ਕੋਈ ਹੋਰ ਸ਼ੋਅ ਆ ਗਿਆ ਉੱਥੇ, ਤੀਆਂ ਆ ਗਈਆਂ ਜਾਂ ਕੋਈ ਹੋਰ ਮੇਲਾ ਆ ਗਿਆ ਜਾਂ ਕਿਸੇ ਬਾਰਬੀਕਿਊ ਤੇ ਆ ਗਿਆ, ਇੱਦਾਂ ਨਹੀਂ ਫਿਰ ਅਸੀਂ ਕਰਦੇ। ਇੱਕ ਹੀ ਸ਼ੋਅ ਕਰਦੇ ਹਾਂ ਅਸੀਂ ਇੱਕ ਵੱਡੇ ਸ਼ਹਿਰ ਦੇ ਵਿੱਚ ਤੇ ਇੱਕ ਕੰਟਰੀ ਦੇ ਵਿੱਚ। ਇੱਕ ਸਾਲ ਵਿਰਸਾ ਹੋ ਗਿਆ, ਹੁਣ ਦੂਸਰੇ ਸਾਲ ਅਸੀਂ ਆਸਟ੍ਰੇਲੀਆ ਨਿਊਜ਼ੀਲੈਂਡ 2004 ਤੋਂ ਸ਼ੁਰੂ ਕਰਤਾ ਸੀ, ਇੱਕ ਸਾਲ USA ਤੇ ਕੈਨੇਡਾ, ਇੱਕ ਸਾਲ ਇੰਗਲੈਂਡ, ਯੂਰਪ, ਆਸਟ੍ਰੇਲੀਆ ਤੇ ਨਿਊਜ਼ੀਲੈਂਡ, ਇਹ ਉਦੋਂ ਤੋਂ ਚੱਲ ਰਿਹਾ। ਜਿਹੜੇ ਈਵਨ 4, 6, 8, 10, 12, 14, 16, 18 ਇਹ USA ਤੇ ਕੈਨੇਡਾ ਹੀ ਸ਼ੋਅ ਮਿਲਣਗੇ ਤੁਹਾਨੂੰ, ਸਾਰੇ YouTube ਤੇ ਵੀ ਲੱਭੋ ਜੀ। ਹਾਂਜੀ, ਤੇ ਜਿਹੜੇ 5, 7, 9, 11, 13 ਪੰਜਾਬੀ 'ਚ ਟੌਂਕ ਕਹਿੰਦੇ ਆ, ਤੇ ਦੂਜੇ ਜਿਹੜੇ ਈਵਨ ਉਹਨਾਂ ਨੂੰ ਜਿਸਤ ਕਹਿੰਦੇ ਆ, ਇਹ ਲਫ਼ਜ਼ ਸਾਰੇ ਭੁੱਲ ਗਏ ਹੁਣ ਜੀ ਜੀ ਜੀ। ਈਵਨ ਨੂੰ ਜਿਸਤ ਕਹਿੰਦੇ ਆ ਤੇ ਤੇ ਜਿਹੜੇ ਅਨਈਵਨ ਨੰਬਰ ਉਹਨਾਂ ਨੂੰ ਟੌਂਕ ਨੰਬਰ ਕਹਿੰਦੇ ਆ, ਪਰ ਕੋਈ ਲਫ਼ਜ਼ ਮੇਰਾ ਬੋਲਦਾ ਨਹੀਂ ਹੁਣ ਅੱਜ ਕੱਲ੍ਹ। ਪਰ ਜਦੋਂ ਤੁਸੀਂ ਸਟੇਜ ਤੋਂ ਲਾਈਵ ਕਰਦੇ ਹੋ ਨਾ ਇੱਦਾਂ ਦੀਆਂ ਗੱਲਾਂ, ਤਾਂ ਬਹੁਤ ਜਿਹੜੇ ਲੋਕ ਗਏ ਹੁੰਦੇ ਆ ਉੱਥੇ, ਤੇ ਉਹ ਫਿਰ ਆ ਕੇ ਘਰੇ ਗੂਗਲ 'ਤੇ ਸਰਚ ਮਾਰ ਕੇ ਵੀ ਬਹੁਤ ਇਹੋ ਜਿਹੀਆਂ ਚੀਜ਼ਾਂ ਲੱਭਦੇ ਆ ਵੀ ਉਹਦਾ ਮਤਲਬ ਕੀ ਸੀਗਾ, ਹੈ ਨਾ। ਅਤੇ ਬਹੁਤ ਟਾਈਮ ਪਹਿਲਾਂ ਮੈਨੂੰ ਐਕਚੁਲੀ ਈਅਰ ਤਾਂ ਯਾਦ ਨਹੀਂ ਹੋਣਾ, ਉਹਦੇ ਵਿੱਚ ਲਾਈਵ ਸੀਗਾ ਹੱਥ ਵਿੱਚ ਪਾਇਆ ਕੜਾ ਹੋਵੇ ਪਹਿਚਾਣ, 2005 ਦੇ ਵਿੱਚ, ਅਤੇ ਉਹਦੀਆਂ ਲਾਈਨਾਂ ਜ਼ਰੂਰ ਸੁਣਾਓ ਮੈਨੂੰ, ਪਰਸਨਲੀ ਬਹੁਤ ਹੀ ਵਧੀਆ ਉਹ ਚੀਜ਼ ਲੱਗਦੀ ਆ। ਸਦਾ ਤਲੀ ਦੇ ਉੱਤੇ ਰਹਿੰਦੀ ਜਾਨ ਪੰਜਾਬੀ ਦੀ, ਹੱਥ ਵਿੱਚ ਪਾਇਆ ਕੜਾ ਹੋਵੇ ਪਹਿਚਾਣ ਪੰਜਾਬੀ ਦੀ, ਆਰੇ ਖੁੰਡੇ ਕਰ ਦਿੰਦੀ ਮੁਸਕਾਨ ਪੰਜਾਬੀ ਦੀ, ਹੱਥ ਵਿੱਚ ਪਾਇਆ ਕੜਾ ਹੋਵੇ ਪਹਿਚਾਣ ਪੰਜਾਬੀ ਦੀ, ਮੌਤ ਕੋਲੋਂ ਵੀ ਖੋਣਾ ਹੋਵੇ ਆਨ ਪੰਜਾਬੀ ਦੀ, ਹੱਥ ਵਿੱਚ ਪਾਇਆ ਕੜਾ ਹੋਵੇ ਪਹਿਚਾਣ ਪੰਜਾਬੀ ਦੀ ਜੀ। ਇਹ ਬਹੁਤ ਸਾਰੀਆਂ ਜਿਹੜੀਆਂ ਗੱਲਾਂ ਹੁੰਦੀਆਂ ਨੇ, ਹੈ ਨਾ, ਇਹ ਰਹਿ ਜਾਂਦੀਆਂ ਨੇ, ਮਤਲਬ ਜਦੋਂ ਤੁਸੀਂ ਸਟੇਜ 'ਤੇ ਪਰਫੋਰਮ ਕਰਦੇ ਹੋ ਇਹੋ ਜਿਹੀਆਂ ਚੀਜ਼ਾਂ, ਕਿਉਂਕਿ ਜਦੋਂ ਤੁਸੀਂ CD ਕਰਦੇ ਹੋ, ਟੇਪ ਕਰਦੇ ਹੋ, ਹੈ ਨਾ, ਕੋਈ ਵੀ ਜਿਹੜੀ ਕਰਦੇ ਹੋ, ਅਤੇ ਉਹਦੇ ਵਿੱਚ ਇੱਕ ਲਿਮਿਟਡ ਜਿਹਾ ਟਾਈਮ ਹੁੰਦਾ ਕਿ ਤੁਸੀਂ ਇਹੀ ਗਾਉਣਾ ਆ, ਰਾਈਟ? ਅਤੇ ਪਰ ਜਦੋਂ ਤੁਸੀਂ ਸਟੇਜ 'ਤੇ ਹੁੰਦੇ ਹੋ, ਬਹੁਤ ਹੀ ਜਿਹੜੀਆਂ ਗੱਲਾਂ ਹੁੰਦੀਆਂ ਨੇ ਲਾਈਵ ਤੁਸੀਂ ਲੋਕਾਂ ਨੂੰ ਦੱਸਦੇ ਹੋ, ਬਹੁਤ ਪਸੰਦ ਕੀਤੀਆਂ ਜਾਂਦੀਆਂ ਨੇ। ਅਤੇ ਭਾਅ ਜੀ, ਤੁਸੀਂ ਫਿਲਮ 'ਚ ਵੀ ਤੁਹਾਡਾ ਗਾਣਾ ਆਇਆ ਸੀ, ਹੈ ਨਾ, ਪਰਨਾ ਮਿਲਾ ਦਾ, ਅਤੇ ਉਹਦੀਆਂ ਦੋ ਲਾਈਨਾਂ ਸੁਣਾਓ ਜ਼ਰੂਰ। ਹਾਂਜੀ, ਸੁਣਾ ਦਿੰਦਾ ਜੀ। ਮਾਘ ਮਹੀਨੇ ਮੂਨੇਰੀ ਸੀ ਰਾਤ ਸੋਹਣਿਆ ਵੇ, ਮੇਰੇ ਸੱਜਰੇ ਸੱਜਰੇ ਉੱਠਦੇ ਸੀ ਜਜ਼ਬਾਤ ਸੋਹਣਿਆ ਵੇ, ਜੋ ਖਾਸ ਨਿਸ਼ਾਨੀ ਦੇ ਗਿਓ ਸੀ ਮੇਰੇ ਮਰਨੇ ਨੂੰ ਅੜਿਆ ਵੇ, ਮੈਂ ਗਲ ਨਾਲ ਲਾ ਕੇ ਰੱਖਦੀਆਂ ਤੇਰੇ ਪਰਨੇ ਨੂੰ ਅੜਿਆ ਵੇ, ਮੈਂ ਗਲ ਨਾਲ ਲਾ ਕੇ ਰੱਖਦੀਆਂ ਤੇਰੇ ਪਰਨੇ ਨੂੰ ਅੜਿਆ। ਬਹੁਤ ਹੀ ਪਿਆਰਾ ਗੀਤ, ਬਹੁਤ ਵਾਰੀ ਸੁਣਦੇ ਹਾਂ ਅਸੀਂ ਇਹ ਗਾਣਾ, ਇੰਨੀ ਇੰਨੀ ਆਵਾਜ਼, ਮਤਲਬ ਪਤਾ ਨਹੀਂ, ਆਈ ਡੋਨਟ ਨੋ ਕੀ ਚੀਜ਼ ਹੁੰਦੀ ਹੈ ਨਾ, ਖਿੱਚ ਹੁੰਦੀ ਹੈ, ਨਿਕਲਦੀਆਂ ਨੀ ਗਿਆ ਉਹ ਗੱਲਾਂ ਜੀ। ਇੱਕ ਮੇਰੇ ਸਵਾਲ ਸੀਗਾ ਹੋਰ ਜਹਿਨ ਦੇ ਵਿੱਚ ਕਿ ਜਿਹੜੇ ਸਾਡੇ ਪੰਜਾਬੀ ਗਾਇਕ ਪੰਜਾਬ ਤੋਂ ਇਹਨਾਂ ਮੁਲਕਾਂ 'ਚ, ਸਾਡੇ ਕੈਨੇਡਾ, ਅਮੈਰੀਕਾ 'ਚ ਆ ਕੇ ਸ਼ੋਅ ਕਰਦੇ ਆ, ਉਹਨਾਂ ਨੂੰ ਇੱਕ ਵੱਖਰੀ ਐਕਸਾਈਟਮੈਂਟ ਹੁੰਦੀ ਆ ਜਦੋਂ ਪਹਿਲੀ ਵਾਰੀ ਆਉਂਦੇ ਆ, ਹੈ ਨਾ, ਉਹ ਇੱਧਰ ਸ਼ੋਅ ਕਰਨ ਲਈ ਐਕਸਾਈਟਡ ਹੁੰਦੇ, ਤੁਸੀਂ ਤਾਂ ਰਹਿੰਦੇ ਹੀ ਇੱਥੇ ਹੋ, ਹੁਣ ਬਾਹਰਲੇ ਮੁਲਕਾਂ 'ਚ ਸ਼ੋਅ ਕਰਦੇ ਹੋ, ਜਦੋਂ ਤੁਸੀਂ ਜਾ ਕੇ ਪੰਜਾਬ 'ਚ ਆਪੋਜਿਟ
ਡਾਇਰੈਕਸ਼ਨ 'ਚ ਜਾ ਕੇ ਤੁਸੀਂ ਸ਼ੋਅ ਕਰਦੇ ਹੋ, ਤੁਹਾਨੂੰ ਕਿੱਦਾਂ ਦਾ ਫੀਲ ਹੁੰਦਾ ਆ ਉਹ? ਹੁਣ ਹਰ ਇੱਕ ਸਾਲ ਇਹ ਜਾਈਦਾ ਆ, ਸਾਨੂੰ ਦੋਨੋਂ ਹੀ ਘਰ ਲੱਗਦੇ ਆ, ਸੱਚੀ ਦੱਸੀਏ ਤਾਂ ਕੋਈ ਫਰਕ ਨਹੀਂ ਮਹਿਸੂਸ ਹੁੰਦਾ, ਕੋਈ ਫਰਕ ਨਹੀਂ ਲੱਗਦਾ। ਅਸੀਂ ਜਿਸ ਵੇਲੇ ਹੁਣ ਜਦੋਂ ਅਸੀਂ ਕਈ ਵਾਰੀ ਰਾਤ ਨੂੰ ਪਹੁੰਚੀਦਾ, ਸਵੇਰ ਨੂੰ ਹੀ ਸ਼ੋਅ ਹੁੰਦਾ ਹੈ। ਸੋ ਇੱਦਾਂ ਕਦੇ ਲੱਗਾ ਨਹੀਂ ਕਿ ਅੱਜ ਅਸੀਂ ਆਸਟ੍ਰੇਲੀਆ, ਕਿਉਂਕਿ ਸਾਨੂੰ ਪੰਜਾਬੀ ਮਿਲਣੇ ਆ। ਇਹ ਕਿਹੜਾ ਕਿ ਹੈਗਾ ਹੁਣ ਅੱਜ ਤਾਂ ਸਾਰੇ ਚਾਈਨੀਜ਼ ਹੀ ਆ ਜੀ, ਹੈਨਾ, ਅੱਜ ਤਾਂ ਸਾਰੇ ਜੀ ਬੰਗਲਾਦੇਸ਼ੀ ਮਿਲਣੇ ਆ, ਪੰਜਾਬੀ ਮਿਲਣੇ ਆ। ਸੋ ਉਦਾਂ ਦੇ ਚਿਹਰੇ ਮਿਲਦੇ ਆ ਆਪਣੇ ਵਰਗੇ, ਸੋਚ ਵੀ ਉਹੀ ਆ, ਉਹੀ ਸੋਚ, ਉਹੀ ਉਹੀ ਸਾਰਾ ਕੁਛ ਪਹਿਰਾਵੇ। ਸੋ ਪਤਾ ਸਾਡਾ, ਸਾਡੀ ਦੁਨੀਆ ਸਾਡੇ ਨਾਲ ਹੀ ਜਾਂਦੀ ਆ। ਜੇ ਅਸੀਂ ਆਸਟ੍ਰੇਲੀਆ ਗਏ, ਉੱਥੇ ਵੀ ਸਾਰੇ ਪੰਜਾਬੀ ਇਕੱਠੇ ਹੋ ਜਾਂਦੇ ਆ। ਸੋ ਇੰਗਲੈਂਡ ਗਏ ਆ, ਸਾਨੂੰ ਉਹੀ ਮਾਹੌਲ ਮਿਲਦਾ। ਉੱਥੇ ਵੀ ਜਾ ਕੇ ਜਦੋਂ ਵਿਆਹ 'ਚ ਅਸੀਂ ਇੱਕਦਮ ਜਾ ਕੇ ਵੀ ਪਰਫੋਰਮ ਕਰਦੇ ਹਾਂ, ਕੁਛ ਇੱਦਾਂ ਨਹੀਂ ਲੱਗਦਾ ਕਿ ਹੁਣ ਕੈਨੇਡਾ ਚੱਲ ਰਿਹਾ ਇਸ ਵੇਲੇ ਜਾਂ, ਤਾਂ ਪਤਾ ਲੱਗੇਗਾ ਜੇ ਤੁਸੀਂ ਸਾਰਾ ਕੁਛ ਬਦਲ ਜਾਵੇ। ਉਹ ਮਤਲਬ ਕਹਿੰਦੇ ਆ ਨਾ ਮੋਸਟਲੀ, ਜਿਹੜੇ ਮੈਨੂੰ ਬਹੁਤ ਵਾਰ ਮੌਕਾ ਮਿਲਿਆ ਇੰਟਰਵਿਊਜ਼ ਕਰਨ ਦਾ, ਉਹ ਕਹਿੰਦੇ ਕਿ ਇੱਧਰ ਆ ਕੇ ਇੱਧਰਲੇ ਦਰਸ਼ਕਾਂ ਦਾ, ਸੁਣਨ ਵਾਲਿਆਂ ਦਾ ਅਤੇ ਉੱਧਰਲੇ ਸੁਣਨ ਵਾਲਿਆਂ ਦਾ ਡਿਸਿਪਲਨ ਦਾ ਬਹੁਤ ਸਾਨੂੰ ਫਰਕ ਲੱਗਦਾ ਆ। ਵੀ ਜਦੋਂ ਉੱਧਰ ਉਹ ਬਹੁਤ ਸ਼ੋਰ ਸ਼ਰਾਬਾ ਹੁੰਦਾ ਆ, ਇੱਧਰ ਵੀ ਬੜੇ ਸੰਜੀਦਾ ਲੋਕ ਨੇ, ਬੜੇ ਪਿਆਰ ਨਾਲ ਬੈਠ ਕੇ ਸੁਣਦੇ ਆ। ਸ਼ੋਰ ਸ਼ਰਾਬਾ ਉਹ ਮੇਰਾ ਖਿਆਲ ਉਹ ਕਲੱਬ ਸ਼ੋਅ ਕਰਦੇ ਆ, ਉਹਨਾਂ ਦੇ ਉੱਦਾਂ ਸ਼ੋਅ ਨਹੀਂ ਹੁੰਦੇ ਜੀ। ਉੱਥੇ ਕਲੱਬਾਂ 'ਚ ਨਵੇਂ ਸਿੰਗਰ ਜਿਹੜੇ ਗਾਉਂਦੇ ਆ, ਅੱਛਾ ਅੱਛਾ, ਉੱਥੇ ਤਾਂ ਫਿਰ ਖਲਾਰਾ ਹੋਣਾ ਹੀ ਆ ਰੌਲਾ, ਹਨਾ। ਹਾਂਜੀ, ਤਾਂ ਕਰਕੇ ਉਹਨਾਂ ਨੂੰ ਫਰਕ ਲੱਗਦਾ ਆ ਜੀ। ਜਿਹੜਾ ਅਸੀਂ ਪਰਿਵਾਰਾਂ 'ਚ ਜਾਂਦੇ, ਇੱਥੇ ਵੀ ਸਾਡੇ ਸ਼ੋਆਂ 'ਚ ਪਰਿਵਾਰ ਹੀ ਆ, ਉੱਥੇ ਵੀ ਸ਼ੋਅ 'ਚ ਕੁੜੀਆਂ ਮੁੰਡੇ ਇਕੱਠੇ ਨੱਚ ਰਹੇ ਆ, ਉੱਥੇ ਵੀ ਜਿਹੜਾ ਵਿਆਹ ਦਾ ਹੁਣ ਮਾਹੌਲ ਆ, ਹਨਾ, ਜੋੜੀ ਵੀ ਵਿੱਚੇ ਨੱਚ ਰਹੀ ਆ, ਤੇ ਇਸ ਕਰਕੇ ਸਾਨੂੰ ਕੋਈ ਫਰਕ ਨਹੀਂ ਹੈਗਾ, ਚਾਹੇ ਨਿਊਯਾਰਕ, ਚਾਹੇ ਮੈਲਬਰਨ, ਚਾਹੇ ਲੰਡਨ, ਚਾਹੇ ਟੋਰਾਂਟੋ, ਚਾਹੇ ਬਠਿੰਡਾ। ਸਾਡੇ 4 ਸਾਲ ਪਹਿਲਾਂ ਤੁਸੀਂ ਸਾਡੇ ਪ੍ਰੋਗਰਾਮ ਤੇ ਲੁਧਿਆਣੇ ਪਰਫੋਰਮ ਕੀਤਾ ਸੀ, ਵਿਆਹ ਸੀਗਾ ਸਾਡੇ ਮੇਰੇ ਕਜ਼ਨ ਦਾ, ਅਤੇ ਉਦੋਂ ਵੀ ਮੈਨੂੰ ਮੌਕਾ ਮਿਲਿਆ ਸੀਗਾ, ਹੈ ਨਾ, ਤੁਹਾਨੂੰ ਸੁਣਨ ਦਾ। ਅਤੇ ਇਹ ਜਿਹੜੀਆਂ ਕਹਿੰਦੇ ਹੁੰਦੇ ਆ ਕਿ ਗੱਲਾਂ ਨੇ ਨਾ, ਕਦੇ ਮੈਨੂੰ ਲੱਗਦਾ ਮੋਕਣੀਆਂ ਨਹੀਂ, ਅਤੇ ਉੱਧਰੋਂ ਮੈਨੂੰ ਐਂਡ ਦਿਖਾਈ ਜਾ ਰਿਹਾ ਕਿ ਸ਼ੋਅ ਦਾ ਹੁਣ ਐਂਡ ਕਰੋ, ਹੈ ਨਾ। ਅਤੇ ਹੁਣ ਮੈਨੂੰ ਲੱਗਦਾ ਵੀ ਐਂਡ ਕਰਨ ਦਾ ਮੌਕਾ ਹੈ ਹੀ ਨਹੀਂ, ਹਜੇ ਤਾਂ ਹੋਰ ਇੰਨੀਆਂ ਗੱਲਾਂ ਰਹਿੰਦੀਆਂ ਨੇਗੀਆਂ ਨਾ, ਕਿਉਂਕਿ ਸਾਂਝਾ ਆ ਨਾ ਇਹ, ਪਰਿਵਾਰਕ ਗੱਲਾਂ ਆ, ਹੈ ਨਾ, ਅਤੇ ਉਹ ਗੱਲਾਂ ਖਤਮ ਨਹੀਂ ਹੁੰਦੀਆਂ। ਕਿੱਥੋਂ ਸਿੱਖਿਆ ਸੀ, ਕਿਹੜੀ ਪਹਿਲੀ ਸੀਡੀ ਆਈ ਸੀ, ਅਤੇ ਫਿਰ ਹੁਣ ਸ਼ੋਅ ਕਦੋਂ ਕਿੱਥੇ ਕਰ ਰਹੇ ਆ, ਉਹ ਤਾਂ ਮੁੱਕ ਜਾਂਦੀਆਂ ਗੱਲਾਂ, ਮੁੱਕ ਜਾਂਦੀਆਂ ਨੇ ਜਦੋਂ ਅਸੀਂ ਆਪਣੇ ਪਰਿਵਾਰਕ ਗੱਲਾਂ, ਆਪਣੇ ਸੁਸਾਇਟੀ ਦੀਆਂ, ਸਮਾਜ ਦੀਆਂ ਗੱਲਾਂ, ਪੰਜਾਬ ਦੀਆਂ ਗੱਲਾਂ ਕਰਨ ਲੱਗ ਪੈਂਦੇ ਆ, ਉਹਦਾ ਫਿਰ ਸੱਚੀ ਨਹੀਂ ਮੁੱਕਣੀ। ਪੁਰਾਣੇ ਕਈ ਵਾਰੀ ਇੱਦਾਂ ਹੁੰਦੇ ਆ, ਹੋਰ ਭਾਜੀ ਫੇ, ਹੈ ਨਾ ਭਾਜੀ, ਹੋਰ ਵੀ ਠੀਕ ਆ, ਅੱਛਾ ਜੀ, ਹੋਰ ਭਾਜੀ, ਹੋਰ ਫੇ, ਹੈ ਨਾ, ਬੰਦਾ ਕਹਿੰਦਾ ਉਹ ਵੀ ਠੀਕ ਆ, ਹਾਲ ਚਾਲ ਕਿੱਦਾਂ, ਕਹਿੰਦਾ ਹਾਲ ਤਾਂ ਠੀਕ, ਹੁਣ ਚਾਲ ਤੈਨੂੰ ਚੱਲ ਕੇ ਦਿਖਾ ਦਿੰਦੇ ਆ। ਉਹ ਫਿਰ ਗੱਲਾਂ ਬੰਦਾ ਉੱਥੇ ਬਾਤ ਕਰਨੇ ਸੇ ਬਾਤ ਬੜਤੀ ਹੈ, ਰੋਜ਼ ਬਾਤੇਂ ਕੀ ਆ ਕਰੋ ਹਮਸੇ, ਉਹ ਗੱਲ ਕਰਨ ਦੇ ਨਾਲ ਗੱਲ, ਫਿਰ ਗੱਲ 'ਚੋਂ ਗੱਲ ਬਣਦੀ ਰਹਿੰਦੀ ਹੈ। ਉਹ ਵੀ ਹੋ ਜਾਂਦਾ ਨਾ, ਕਹਿੰਦੇ ਦੂਰ ਜਾਣੇ ਸੇ ਕਹੀਂ ਰੁਕ ਨਾ ਜਾਏ ਧੜਕਣ ਮੇਰੀ, ਦੂਰ ਮਤ ਜਾਇਆ ਕਰੋ, ਹੈ ਨਾ, ਕਿ ਉਹ ਮਾਹੌਲ ਇੱਦਾਂ ਦਾ ਬਣ ਗਿਆ ਕਿ ਹੁਣ ਮੈਂ ਕਿਹਾ ਵੀ ਨਹੀਂ, ਹੁਣ ਥੋੜ੍ਹੀਆਂ ਜਿਹੀਆਂ ਗੱਲਾਂ ਹੋਰ, 2 ਕੁ ਮਿੰਟ ਹੋਰ ਲੰਬਾ ਕਰ ਦਿੰਦੇ ਹਾਂ ਆਪਾਂ, ਨਾ। ਅਤੇ ਇਹ ਇੱਕ ਮੈਨੂੰ ਜਾਂਦੇ ਜਾਂਦੇ ਤੁਹਾਡਾ ਗਾਣਾ ਉਹ ਵੀ ਸੁਣਨਾ ਆ ਜ਼ਰੂਰ, ਜਿਹੜਾ ਤੁਹਾਡਾ ਆਇਆ ਸੀ, ਜਿੰਦੇ ਨਹੀਂ ਜਿੰਦੇ ਤੇਰੇ ਵਾਅਦੇ, ਬਹੁਤ ਪਿਆਰਾ ਗੀਤ। 100 ਯਾਰਾਂ ਦੀ ਯਾਰੀ ਨਾਲੋਂ ਇੱਕ ਹੰਝੂ ਦੀ ਯਾਰੀ ਚੰਗੀ, ਪਿਆਰ ਦੀ ਬਾਜ਼ੀ ਜਿੱਤਣ ਨਾਲੋਂ ਪਿਆਰ ਦੀ ਬਾਜ਼ੀ ਹਾਰੀ ਚੰਗੀ। ਸ਼ਿਵ ਕੁਮਾਰ ਬਟਾਲਵੀ। ਹਾਂ, ਜਿੰਦੇ ਨੀ ਜਿੰਦੇ ਤੇਰੇ ਵਾਦੇ ਦੁੱਖ ਦਿੰਦੇ ਤੇਰੇ, ਜਿੰਦੇ ਨੀ ਜਿੰਦੇ ਤੇਰੇ ਵਾਦੇ ਦੁੱਖ ਦਿੰਦੇ ਤੇਰੇ, ਟੁੱਟਦੀ ਨਾ ਯਾਦਾਂ ਦੀ ਲੜੀ, ਦਿਸਦੀਏ ਬਾਰੀ 'ਚ ਖੜੀ, ਜਿੰਦੇ ਨੀ ਜਿੰਦੇ ਤੇਰੇ ਵਾਦੇ ਦੁੱਖ ਦਿੰਦੇ ਤੇਰੇ। ਹਾਂ, ਨਾਲ ਦੀ ਨਾਲ ਹੀ ਇੱਕ ਹੁਣ ਨਾਲ ਹੀ ਇੱਕ ਹੋਰ ਸੁਣਾ ਦਿਓ ਮੇਰੀ ਫਰਮਾਇਸ਼ 'ਤੇ, ਸਪੈਸ਼ਲੀ ਮੇਰੇ ਮੰਮੀ ਨੂੰ ਇੰਨਾ ਪਸੰਦ ਆ, ਉਹਨਾਂ ਨੇ ਗੁੱਸੇ ਹੋ ਜਾਣਾ ਜੇ ਮੈਂ ਨਾ ਸੁਣਿਆ। ਗੁੱਸੇ ਕਰ ਦਿੰਦੇ ਮੈਂ ਕਿਹਾ ਨਹੀਂ ਨਹੀਂ ਕਰਨਾ ਨਹੀਂ, ਨਹੀਂ ਕਰਨਾ ਨਹੀਂ, ਗੁੱਸੇ ਕਰਨਾ ਹੀ ਨਹੀਂ, ਆਪਾਂ ਗੁੱਸੇ ਵਾਲੀ ਗੱਲ ਕਰਨੀ ਹੀ ਨਹੀਂ। ਚਰਖਾ ਚਰਖਾ ਕੱਤ ਦੀ ਕੁੜੀਏ ਗਾਇਆ ਨਾ ਕਰਨੀ, ਤੂੰ ਵਰਜ ਜ਼ੁਲਫ ਦਾ ਬੱਦਲ ਮੀਂਹ ਵਰਸਾ ਜਾਊਗਾ, ਤੱਕ ਕੇ ਰੁੱਤ ਰੰਗਲੀ ਕੋਈ ਮੋਰ ਭੁਲੇਖਾ ਖਾ ਜਾਊਗਾ, ਇਹ ਕਾਲੀ ਪਰਾਂ ਦੀ ਜ਼ੁਲਫਾਂ ਵਿੱਚੋਂ ਲਾਇਆ ਨਾ ਕਰਨੀ, ਨਾਲ ਚਰਖਾ ਕੱਤਦੀ ਕੁੜੀਏ ਗਾਇਆ ਨਾ ਕਰਨੀ, ਨਾਲ ਚਰਖਾ ਕੱਤਦੀ ਕੁੜੀਏ ਗਾਇਆ ਨਾ ਕਰਨੀ। ਬਹੁਤ ਹੀ ਪਿਆਰਾ ਗੀਤ, ਇੱਦਾਂ ਦਾ ਗਾਣਾ ਇੱਕ ਅੱਧਾ ਹੋਰ ਰਿਕਾਰਡ ਕਰਾਓ ਪਲੀਜ਼, ਜ਼ਰੂਰ, ਬਹੁਤ ਪਿਆਰਾ ਜੀ ਹੋ ਰਿਹਾ ਹੁਣ, ਬਹੁਤ ਦੇਖਿਆ ਲੋ ਮੈਂ ਦਿਲ ਦੀ ਗੱਲ ਕਹਿਤੀ ਆ, ਦੇਖਿਆ ਵਿਰਿੰਦਰ ਖੰਨੇ ਵਾਲਾ ਉਹਨਾਂ ਦਾ ਲਿਖਿਆ ਹੋਇਆ ਜੀ, ਉਹਨਾਂ ਦੇ ਗਾਣੇ ਬੜੇ ਹੀ ਪਿਆਰੇ, ਤੇ ਗੌਰ ਜਦੋਂ ਗਾਉਂਦੇ ਹੋ ਤਾਂ ਫਿਰ 4 ਚੰਨ ਲੱਗ ਹੀ ਜਾਂਦੇ ਆ ਆਪਣੇ ਆਪ ਹੀ।
ਤੇ ਹੁਣ ਮੈਂ ਦਰਸ਼ਕਾਂ ਨੂੰ ਇਹ ਤਾਂ ਕਹਿਣਾ ਨਹੀਂ ਵੀ ਜਾਂਦੇ ਜਾਂਦੇ ਤੁਸੀਂ ਕੀ ਮੈਸੇਜ ਦਿਓਗੇ, ਮੈਨੂੰ ਲੱਗਦਾ ਦਰਸ਼ਕਾਂ ਨੂੰ ਬਹੁਤ ਸਾਰੇ ਮੈਸੇਜ ਆਪਣੇ ਆਪ ਹੀ ਪਹੁੰਚ ਗਿਆ ਬਿਨਾਂ ਕਹਿਣ ਤੋਂ ਹੀ, ਹੈ ਨਾ, ਕਿ ਇੰਨਾ ਪਿਆਰ ਜਿਹੜਾ ਫੈਮਿਲੀ ਦੇ ਵਿੱਚ ਪਿਆਰ ਆ, ਗਾਇਕੀ ਨਾਲ ਇੰਨਾ ਪਿਆਰ ਆ ਜਿਹੜਾ ਦਰਸ਼ਕਾਂ ਤੱਕ ਪਹੁੰਚ ਹੀ ਜਾਂਦਾ ਆ ਕਿਸੇ ਨਾ ਕਿਸੇ ਤਰੀਕੇ, ਉਹੀ ਤੁਹਾਡੇ ਨਾਲ ਸਾਰਿਆਂ ਨਾਲ ਪਿਆਰ ਆ, ਹੈ ਨਾ, ਸ਼ੋਅ ਦਾ ਮੈਸੇਜ ਬਸ। ਤੇ ਉਹ ਹੁਣ ਇੱਕ ਇਹ ਗੱਲ ਆ ਕਿ ਐਂਡ ਕਰਨਾ ਆ ਆਪਾਂ ਨਾ ਇਸ ਜਿਹੜੀ ਇੰਟਰਵਿਊ ਆ, ਤੁਸੀਂ ਭਾਜੀ ਜਿਹੜਾ ਗਾਣਾ ਸਭ ਤੋਂ ਜ਼ਿਆਦਾ ਪਸੰਦ ਆ, ਤੁਸੀਂ ਅਕਸਰ ਹੀ ਗੁਣਗੁਣਾਉਂਦੇ ਹੋ, ਉਹਦੇ ਨਾਲ ਐਂਡ ਕਰ ਦਿਓ। ਨਹੀਂ ਗਾਣੇ ਤਾਂ ਬਹੁਤ ਹੈਗੇ ਆ ਇਦਾਂ ਜਿਹੜਾ ਤੁਸੀਂ ਗੁਣਗੁਣਾਉਂਦੇ ਹੋ ਮਤਲਬ, ਪਰ ਫਿਰ ਵੀ ਡਾਕਟਰ ਸਰਜੀਤ ਪਾਤਰ ਸਾਹਿਬ ਦੀਆਂ ਦੋ ਲਾਈਨਾਂ ਕਹਿ ਕੇ ਕਰ ਦਿੰਦੇ ਆ। ਵਾਹ ਵਾਹ ਵਾਹ, ਉਹ ਸੁਣਾ ਜੀ। ਮਿਲਦੀ ਨਹੀਂ ਮੁਸਕਾਨ ਹੀ ਹੋਠੀ ਸਜਾਉਣ ਨੂੰ, ਦਿਲ ਤਾਂ ਬਹੁਤ ਹੀ ਕਰਦਾ ਏ ਮੇਰਾ ਮਿਲਣ ਆਉਣ ਨੂੰ, ਲੰਘਾਂਗੇ ਤੇਰੀ ਵੀ ਗਲੀ ਇੱਕ ਦਿਨ ਸ਼ਨਨ ਸ਼ਨਨ, ਤੇਰੇ ਬਿਨਾਂ ਵੀ ਜੀ ਰਹੇ ਹਾਂ ਏ ਦਿਖਾਉਣ ਨੂੰ, ਦਿਲ ਤਾਂ ਬਹੁਤ ਹੀ ਕਰਦਾ ਏ ਮੇਰਾ ਮਿਲਣ ਆਉਣ ਨੂੰ ਜੀ। ਬਿਲਕੁਲ, ਮੇਰੀ ਫੇਸਬੁੱਕ 'ਤੇ ਤੁਸੀਂ ਦੇਖਿਓ ਇੰਨਾ ਸ਼ੇਅਰ ਕੀਤਾ ਹੁੰਦਾ ਨਾ ਤੁਹਾਡਾ ਲਾਈਵ ਪਰਫੋਰਮੈਂਸ ਆ ਜਿਹੜੀ, ਬਹੁਤ ਹੀ ਜ਼ਿਆਦਾ। ਭਾਅ ਜੀ ਥੈਂਕ ਯੂ, ਤੁਸੀਂ ਸਾਡੇ ਸਟੂਡੀਓ 'ਚ ਆਪਣਾ ਇੰਨਾ ਕੀਮਤੀ ਟਾਈਮ ਕੱਢ ਕੇ ਪਹੁੰਚੇ ਹੋ ਅਤੇ ਮੇਰੇ ਜਿਹੜੇ ਸੁਪਨੇ ਨੂੰ ਪੂਰ ਦਿੱਤਾ, ਕਹਿੰਦੇ ਪੂਰ ਚੜ੍ਹਾਇਆ ਆ, ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੇ ਸਟੂਡੀਓ 'ਚ ਆਉਣ ਲਈ। ਬਹੁਤ ਤੁਹਾਡਾ ਅਤੇ ਹਮਦਰ ਟੀਵੀ ਦਾ ਤਹਿ ਦਿਲੋਂ ਸ਼ੁਕਰੀਆ, ਭੁੱਲਰ ਸਾਹਿਬ ਦਾ ਤਹਿ ਦਿਲੋਂ ਸ਼ੁਕਰੀਆ, ਜਿਹੜੇ ਪਹਿਲਾਂ ਅਖਬਾਰ ਦੇ ਜ਼ਰੀਏ ਹੁਣ ਟੀਵੀ ਦੇ ਜ਼ਰੀਏ ਆਪਣਾ ਸੱਭਿਆਚਾਰ, ਆਪਣਾ ਕਲਚਰ, ਆਪਣਾ ਵਿਰਸਾ, ਆਪਣੀ ਵਿਰਾਸਤ, ਆਪਣੀ ਜ਼ੁਬਾਨ ਉਹਨੂੰ ਪੂਰੀ ਦੁਨੀਆ 'ਚ ਫੈਲਾ ਰਹੇ ਹਾਂ। ਸੋ ਹੱਸਦੇ ਵੱਸਦੇ ਰਹੇ ਇਹ ਅਦਾਰਾ, ਬਹੁਤ ਬਹੁਤ ਸ਼ੁਕਰੀਆ ਜੀ। ਜੀ ਦਰਸ਼ਕੋ, ਹੁਣ ਸਾਨੂੰ ਦਿਓ ਇਜਾਜ਼ਤ ਅਤੇ ਅਗਲੇ ਪ੍ਰੋਗਰਾਮ ਵਿੱਚ ਕਿਸੇ ਹੋਰ ਬਹੁਤ ਹੀ ਖੂਬਸੂਰਤ ਸਿਤਾਰੇ ਨਾਲ, ਚਾਹੇ ਉਹ ਸੰਗੀਤਕ ਹੋਵੇ, ਫਿਲਮੀ ਹੋਵੇ, ਸਾਡੇ ਸੱਭਿਆਚਾਰ ਦਾ ਸਿਤਾਰਾ ਲੈ ਕੇ ਫਿਰ ਛੇਤੀ ਹੀ ਹਾਜ਼ਰ ਹੋਵਾਂਗੇ। ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।